ਦੂਰ ਦਰਾਜ ਤੋਂ ਆਪ ਗੁਰੂ ਦਰਬਾਰ ਵਿੱਚ ਪਹੁੰਚੇ ਹੋ, ਆ ਕੇ ਸੇਵਾ ਕੀਤੀ ਹੈ। ਹੁਣ ਆਪਾਂ ਹਰੀ ਦਾ ਜਸ ਕਰ ਰਹੇ ਹਾਂ। ਬਹੁਤ ਹੀ ਸ੍ਰੇਸ਼ਟ ਭਾਗ ਹੋਣ ਤਾਂ ਕਲਯੁਗ ਦੇ ਅੰਦਰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਇੱਕ ਵਾਰੀ ਕ੍ਰਿਸ਼ਨ ਮਹਾਰਾਜ ਜੀ ਇਹ ਗੱਲ ਕਰ ਰਹੇ ਸੀ ਪਾਂਡਵਾਂ ਦੇ ਨਾਲ, ਬੇਰੁਖੀ ਜੀ ਨਾਲ ਗੱਲ ਸੁਣ, ਪਤਾ ਲੱਗ ਜਾਂਦਾ ਵੀ ਇਹ ਗੱਲ ਨੂੰ ਕੋਈ ਮਹੱਤਤਾ ਦੇ ਰਿਹਾ ਜਾਂ ਐਵੇਂ ਕਰ ਰਿਹਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕੀ ਗੱਲ ਬਈ, ਹੰਗਾਰਾ ਨਹੀਂ ਜੱਜ ਨਾਲ ਭਰਿਆ ਤੁਸੀਂ? ਕਹਿੰਦੇ ਮਹਾਰਾਜ ਸਤਸੰਗ ਦਾ ਕੀ ਹੈ, ਉੱਥੇ ਕੋਈ ਰੋਕ ਨਹੀਂ ਟੋਕ ਨਹੀਂ, ਉੱਥੇ ਭਾਗਾਂ ਦਾ ਕੀ ਸਵਾਲ ਪੈਦਾ ਹੋ ਗਿਆ? ਕਹਿਣ ਲੱਗੇ ਨਹੀਂ, ਸਤਸੰਗ ਦੀ ਜੋ ਮਹੱਤਤਾ ਹੈ ਬਹੁਤ ਉੱਚੀ ਹੈ। ਸਤਸੰਗ ਦੇ ਵਿੱਚ ਤੇਹਾਂ ਲੋਕਾਂ ਦੇ ਜਿਹੜੇ ਹੈ ਵਾਸੀ ਉਹ ਆਉਂਦੇ ਨੇ, ਇਨਸਾਨ ਦਿਸਦੇ ਨੇ, ਲੇਕਿਨ ਦੇਵਤੇ ਅਤੇ ਦੂਸਰੇ ਜਿਹੜੇ ਹਨ ਉਹ ਨਜ਼ਰ ਨਹੀਂ ਆਉਂਦੇ ਹੁੰਦੇ, ਵਿੱਚੇ ਬੈਠੇ ਸਤਸੰਗ ਸੁਣਦੇ ਹੁੰਦੇ। ਇੱਥੇ ਤੱਕ ਕਿ ਭਗਵਾਨ ਵੀ ਆ ਕੇ ਸਤਸੰਗ ਦੇ ਵਿੱਚ ਬਰਾਤ ਜਾਇਆ ਕਰਦੇ। ਠਾਠ ਤੀਰਥਾਂ ਦੇ ਭਵਾਨੀ ਦੇਵਤਾ ਉਹ ਵੀ ਸਤਸੰਗ ਵਿੱਚ ਆ ਜਾਂਦੇ ਨੇ। ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਚਲ ਆਵਤਾ। ਇਹ ਕੋਈ ਐਵੇਂ ਚੀਜ਼ ਨਹੀਂ ਹੁੰਦੀ ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰੀਜਾ ਜੀ। ਫਿਰ ਵੀ ਕੋਈ ਮਹੱਤਤਾ ਨਾ ਦਿੱਤੀ ਸੁਣ ਕੇ, ਭਾਗਾਂ ਦਾ ਕੀ ਸਵਾਲ ਹੈ, ਠੀਕ ਹੈ ਸਤਸੰਗ ਜਾਣਾ ਚਾਹੀਦਾ। ਪ੍ਰੈਕਟੀਕਲੀ ਸਮਝਾਉਣ ਵਾਸਤੇ ਉਹਨਾਂ ਨੇ ਕਹਿਣ ਲੱਗੇ ਵੀ ਅੱਜ ਦਿੱਲੀ 'ਚ ਨੁਮਾਇਸ਼ ਲੱਗੀ ਹੋਈ ਹੈ। ਕਹਿੰਦੇ ਹਾਂਜੀ, ਕਹਿੰਦੇ ਚਲੋ ਦੇਖੀਏ। ਆਪਣੇ ਆਪਣੇ ਥਾਂ 'ਤੇ ਸਾਰੇ ਚਲੇ ਗਏ। ਸ਼ਾਮ ਨੂੰ ਜਦੋਂ ਇਕੱਠੇ ਹੋਏ, ਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ 'ਚ ਆਏ, ਕਹਿਣ ਲੱਗੇ ਕਿਉਂ ਬਈ ਪ੍ਰੇਮੀਓ, ਕਿੱਥੇ ਕਿੱਥੇ ਫਿਰਦੇ ਰਹੇ? ਅਰਜਨ ਕਹਿਣ ਲੱਗਿਆ ਕਿ ਮਹਾਰਾਜ, ਜਿੱਥੇ ਯੋਧੇ ਤੀਰ ਅੰਦਾਜ਼ ਇਕੱਠੇ ਹੋਏ ਹੋਏ ਸੀ, ਮੈਂ ਤਾਂ ਉੱਥੇ ਉਹਨਾਂ ਦੀ ਅਕਲਾਵਾਂ ਦੇਖ ਰਿਹਾ ਸੀ। ਭੀਮ ਨੂੰ ਪੁੱਛਿਆ, ਕਹਿਣ ਲੱਗਿਆ ਜਿੱਥੇ ਮਲ ਯੁੱਧ ਹੋ ਰਹੇ ਸੀ ਮੈਂ ਉੱਥੇ ਸੀ। ਨਕਲ ਨੂੰ ਪੁੱਛਿਆ, ਸਹਿਦੇਵ ਸਾਹਿਬ ਉਹਨੂੰ ਦੇਖਿਆ, ਪੁੱਛਿਆ ਸਹਿਦੇਵ ਨੂੰ, ਇੱਕ ਨੇ ਕਿਹਾ ਕਿ ਮਹਾਰਾਜ ਮੈਂ ਤਾਂ ਘੋੜਿਆਂ ਦੀ ਪਰਖ ਕਰਨ ਵਾਲਾ, ਜਿੱਥੇ ਘੋੜਾ ਮੰਡੀ ਲੱਗੀ ਹੋਈ ਸੀ ਮੈਂ ਤਾਂ ਉੱਥੇ ਘੋੜੇ ਦੇਖ ਰਿਹਾ ਸੀ। ਦੂਜੇ ਨੇ ਕਿਹਾ ਕਿ ਮੈਂ ਗਊਆਂ ਦੇਖ ਰਿਹਾ ਸੀ। ਅਧਿਸ਼ਟਰ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਸੀ? ਕਹਿਣ ਲੱਗੇ ਉੱਥੇ ਖੇਲਾਂ ਕਰਦੇ ਸੀ ਲੋਕ, ਜੂਆ ਵਗੈਰਾ ਖੇਲਦੇ ਸੀ, ਮੈਂ ਦੇਖਣ ਲੱਗ ਗਿਆ ਦੂਰ ਖੜ ਕੇ। ਸਾਰਿਆਂ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਵੀ ਦੱਸੋ ਤੁਸੀਂ ਕਿੱਥੇ ਸੀ? ਕਹਿਣ ਲੱਗੇ ਪਿਆਰਿਓ, ਤੁਸੀਂ ਸਤਸੰਗ ਦੇਖਿਆ ਸੀ ਉੱਥੇ ਹੁੰਦਾ? ਕਹਿੰਦੇ ਹਾਂਜੀ, ਬਰੇਤੀ 'ਤੇ ਹੋ ਰਿਹਾ ਸੀ। ਅਸੀਂ ਤਾਂ ਕਹਿੰਦੇ ਉੱਥੇ ਹੀ ਬੈਠੇ ਰਹੇ, ਇੰਨਾ ਆਨੰਦ ਆਇਆ ਕਿ ਦੱਸ ਨਹੀਂ ਸਕਦੇ।
ਹਾਂ ਤੁਸੀਂ ਦੱਸੋ ਹੁਣ ਤੁਸੀਂ ਕਿਉਂ ਨਾ ਗਏ? ਸਾਰੇ ਚੁੱਪ। ਕਹਿੰਦੇ ਭਾਗਾਂ ਤੇ ਬਗੈਰ ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਬਗੈਰ ਭਾਗਾਂ ਤੇ ਸਤਸੰਗ ਦੀ ਪ੍ਰਾਪਤੀ ਨਹੀਂ ਹੁੰਦੀ। ਸਤਸੰਗ ਕਹਿੰਦੇ ਕਿਹਨੂੰ ਨੇ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਨਾਮ ਦੀ ਬਾਤ ਚੱਲਦੀ ਹੋਵੇ, ਨਾਮ ਦੀ ਮਹਿਮਾ ਦੀ ਬਾਤ ਚੱਲਦੀ ਹੋਵੇ, ਉਹਦਾ ਫਲ ਕਿੰਨਾ ਕੁ ਹੁੰਦਾ ਹੈ? ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ। ਜਿਹੜੇ ਸੁਣਦੇ ਨੇ, ਗਾਉਂਦੇ ਨੇ ਅਤੇ ਫਿਰ ਕਮਾਉਂਦੇ ਨੇ ਉਸ। ਸੋ ਇਹ ਈਵੈਂਟ ਕੋਈ ਐਵੇਂ ਮੁੱਢਲੀ ਚੀਜ਼ ਨਹੀਂ ਹੁੰਦਾ। ਤੁਸੀਂ ਕਿੰਨੀ ਮਿਹਨਤ ਨਾਲ ਆਉਂਦੇ ਹੋ, ਕਿੱਥੋਂ ਕਿੱਥੋਂ ਆਉਂਦੇ ਹੋ? ਜਾਂ ਮੈਂ ਪੁੱਛਦਾ ਕਿੱਥੋਂ ਆਇਆ ਭਾਈ? ਅੰਮ੍ਰਿਤਸਰ ਤੋਂ ਜੀ, ਦਿੱਲੀ ਤੋਂ ਆਇਆ ਜੀ, ਯੂਪੀ ਤੋਂ ਆਏ ਹਾਂ ਅਸੀਂ, ਦੂਰ ਦੂਰ ਦੇ ਪਿੰਡਾਂ ਦੇ ਮਾਨਸਾ ਵੱਲੋਂ ਆਏ। ਮਹਾਰਾਜ ਕਿਰਪਾ ਕਰੇ, ਆਪਾਂ ਇਕੱਠੇ ਹੋ ਕੇ ਬੈਠ ਜਾਂਦੇ ਹਾਂ, ਵਿਚਾਰ ਕਰਦੇ ਹਾਂ। ਹੁਣ ਇੱਥੇ ਗੁਰੂ ਮਹਾਰਾਜ ਜੀ ਨਾਮ ਦੀ ਮਹਿਮਾ ਦੱਸਦੇ ਹੋਏ ਫਰਮਾਨ ਕਰਦੇ ਨੇ ਕਿ ਨਾਮ ਜਪਣ ਦੇ ਨਾਲ, ਨਾਮਦੇਵ ਗਰੀਬ ਆਦਮੀ ਸੀ। ਕਈ ਹੁਣ ਲਿਖਾਰੀ ਇਸ ਤਰ੍ਹਾਂ ਲਿਖਣ ਲੱਗ ਗਏ ਵੀ ਜੀ ਨਾਮਦੇਵ ਗਰੀਬ ਆਦਮੀ ਨਹੀਂ ਸੀਗਾ, ਉਹਦੇ ਕੋਲ ਤਾਂ ਰੱਬ ਨੂੰ ਦੁੱਧ ਪਿਆਉਣ ਵਾਲੀ ਸੋਨੇ ਦੀ ਕਟੋਰੀ ਸੀ। ਉਹ ਨਾਨਕਿਆਂ ਦੇ ਘਰ ਦੀ ਗੱਲ ਹੈ, ਪਿਤਾ ਹੈ ਨਹੀਂ ਸੀ ਵਿਚਾਰੇ ਦਾ, ਮਿਹਨਤ ਕਰਨ ਵਾਲਾ ਸੀ। ਕੰਮ ਕੀ ਕਰਦੇ ਸੀ? ਠੱਪੇ ਲਾਉਂਦੇ ਸੀ, ਉਹ ਛਾਪੇ ਲਾਉਂਦੇ ਸੀ, ਛਾਪੇ ਕੱਪੜਿਆਂ ਦੇ ਉੱਤੇ ਠੱਪੇ ਲਾ ਕੇ। ਉਹ ਦੱਖਣ ਵਿੱਚ ਇੱਕ ਜਾਤ ਹੈ ਜਿਹੜੇ ਛਾਪੇ ਲਾਉਂਦੇ ਨੇ, ਉਹਨੂੰ ਛੀਪਾ ਕਹਿੰਦੇ ਨੇ, ਸ਼ੂਦਰਾਂ 'ਚੋਂ ਜਾਤ ਗਿਣਦੇ ਨੇ। ਸੋ ਨਾਮਦੇਵ ਜੀ ਨੇ ਜਦੋਂ ਪਰਮੇਸ਼ੁਰ ਦਾ ਨਾਮ ਜਪਿਆ, ਇੰਨੀ ਛੋਟੇ ਥਾਂ ਤੋਂ ਉਹਨਾਂ ਦੀ ਜਿਹੜੀ ਪਦਵੀ ਸੀ ਮਹਾਨ ਉੱਚੀ ਹੋਈ। ਜਿਵੇਂ ਇੱਕ ਦਮੜੀ ਦਾ ਅਤੇ ਲੱਖ ਰੁਪਈਏ ਦਾ ਫਰਕ ਹੈ, ਇੰਨਾ ਫਰਕ ਪੈ ਗਿਆ। ਆੜ ਦਾਮ ਕੋ ਛੀਪ ਲਓ। ਜਿਵੇਂ ਆਪਣੇ ਜ਼ਮੀਨ ਦੇ ਉੱਤੇ ਲਿਮਿਟ ਬੈਂਕ ਬੰਦ ਹੈ ਵੀ ਤੈਨੂੰ 15,000 ਦਾ ਖਾਦ ਮਿਲ ਜੂ ਭਾਈ, ਤੇਰੀ ਇੰਨੀ ਜ਼ਮੀਨ ਹੈ, ਤੇਰੀ ਹਸਤੀ ਇੰਨੀ ਹੈ, ਇੰਨੀ ਲਿਮਿਟ ਹੈ ਤੇਰੀ। ਸੋਸਾਇਟੀ ਦੇ ਵਿੱਚ ਹੁੰਦਾ ਵੀ ਭਾਈ ਇਹ ਤਾਂ ਲੱਖਾਂਪਤੀ ਹੈ, ਇਹ ਕਰੋੜਾਪਤੀ ਹੈ, ਇਹ ਹਜ਼ਾਰੀ ਹੈ, ਇਹਦੇ ਕੋਲ ਸੈਂਕੜੇ ਨੇ। ਅਤੇ ਉੱਥੇ ਮਹਾਰਾਜ ਕਹਿੰਦੇ ਵੀ ਉਹਦੇ ਕੋਲ ਕੁਛ ਵੀ ਨਹੀਂ ਸੀ, ਉਹ ਤਾਂ ਅੱਧੀ ਦਮੜੀ ਇੰਨੀ ਕੁ ਉਹਦੀ ਹਸਤੀ ਸੀ। ਪਰ ਜਦੋਂ ਨਾਮ ਜਪਿਆ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਘਾ ਲੈ ਕੇ ਮਿਲਿਆ ਮੂੰਹ 'ਚ ਪਾ ਕੇ, ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਗਊ ਸਮਝ ਕੇ ਬਖਸ਼ ਦੇ। ਸਲੇਮ ਸ਼ਾਹ ਬਾਦਸ਼ਾਹ ਸੀ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਪਣ ਦੀ ਮਹੱਤਤਾ ਮਹਾਰਾਜ ਜੀ ਦੱਸ ਰਹੇ ਨੇ। ਨਾਮ ਤੋਂ ਬਗੈਰ ਜਿਹੜਾ ਜੀਵਨ ਹੈ ਉਹ ਕਿਸੇ ਵੀ ਕੰਮ ਨਹੀਂ ਹੈ। ਆਇਆ ਹੀ ਬੰਦਾ ਨਾਮ ਜਪਣ ਵਾਸਤੇ ਹੈ, ਪਰ ਹੋਇਆ ਕਿ ਐਸਾ ਬਾਣੀ ਦਾ ਵਿਚਾਰ ਮਤ ਹੈ ਕਿ ਜਦੋਂ ਮਾਤਾ ਦੇ ਗਰਭ 'ਚ ਸੀ ਇਹ, ਉਸ ਵੇਲੇ ਇਹਨੂੰ 100 ਜਨਮ ਦਾ ਗਿਆਨ ਅਤੇ ਸਮਾਧੀ ਸਥਿਤ ਸੀ। ਉਹ ਕਿਉਂ ਸੀ? ਸਾਡੇ ਅੰਦਰ ਇਲਾ ਪਿੰਗਲਾ ਸੁਖਮਨਾ 3 ਨਾੜੀਆਂ ਨੇ ਰੀੜ੍ਹ ਦੀ ਹੱਡੀ ਨਾਲ। ਸਭ ਤੋਂ ਪਹਿਲਾਂ ਰੀੜ੍ਹ ਦੀ ਹੱਡੀ ਬਣਦੀ ਹੈ ਮਾਤਾ ਦੇ ਪੇਟ 'ਚ,
ਉਹ ਜਿਹੜੀ ਕੌਨਸ਼ੀਅਸ ਆਉਂਦੀ ਹੈ, ਜੋਤ ਆਉਂਦੀ ਹੈ, ਉਹਦੇ ਵਿੱਚ ਸਮਾਉਂਦੀ ਹੈ ਪਹਿਲਾਂ। 3 ਮਹੀਨੇ ਤੋਂ ਬਾਅਦ ਉਹ ਪ੍ਰਗਟ ਰੂਪ 'ਚ ਹੋ ਜਾਂਦੀ ਹੈ। ਉੱਥੇ ਉਹ ਸਮਾਧੀ ਵਿੱਚ ਹੋਣ ਕਰਕੇ ਉਹਨੂੰ 100 ਜਨਮ ਦਾ ਗਿਆਨ ਹੋ ਜਾਂਦਾ ਪਿਛਲੇ ਦਾ। ਸਾਨੂੰ ਵੀ ਹੋ ਸਕਦਾ ਜੇ ਅਸੀਂ ਉਸ ਅਵਸਥਾ 'ਚ ਪਹੁੰਚ ਜਾਈਏ। ਉੱਥੇ ਆਪਣੇ ਜਨਮ ਦੇਖਦਾ ਵੀ ਮੈਂ ਜਨਮ ਦਰ ਜਨਮ ਬਰਬਾਦ ਕਰ ਦਿੱਤੇ, ਨਾਮ ਨਹੀਂ ਜਪਿਆ, ਹਾਕਾਂ ਵੀ ਮਾਰਦੇ ਸੀ, ਮਹਾਂਪੁਰਸ਼ ਕਹਿ ਵੀ ਰਹੇ ਸੀ ਵੀ ਤੂੰ ਪਿਆ ਪ੍ਰੇਮੀਆਂ ਨਾਮ ਜਪਣ ਵਾਸਤੇ ਆਇਆ, ਪਰ ਮੈਂ ਗੱਲ ਸੁਣੀ ਹੀ ਨਹੀਂ ਉਹਨਾਂ ਦੀ। ਨਤੀਜਾ ਹੋਇਆ ਕਿ ਮੈਂ ਹੁਣ ਪੁੱਠਾ ਲੜਕ ਰਿਹਾ, ਸਿਰ ਤਲੇ ਪੈਰ ਉੱਪਰੇ ਬਸੰਦੜੋ ਕੋ ਹੱਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ ਉਹਦੇ ਜਿਸਦੇ ਨਾਲ। ਉੱਥੇ ਹੁਣ ਜੀਵਨ ਕਰੰਟ ਕਿਹੜੀ ਸੀ ਉਹਨੂੰ ਜਿਹੜੀ ਜਿਉਂਦਾ ਰੱਖਦੀ ਸੀ ਪੁੱਠੇ ਲੜਕਦੇ ਨੂੰ? ਉਹ ਨਾਮ ਕਰੰਟ ਸੀ, ਨਾਮ ਧੁੰਨ ਸੀ ਜਿਹਦੇ ਆਸਰੇ ਉਹ ਜਿਉਂ ਰਿਹਾ ਸੀ। ਜੋ ਜਿਸ ਧੁੰਨ ਨੇ ਸੰਸਾਰ ਪੈਦਾ ਕਰਿਆ ਸਾਰਾ, ਪ੍ਰਥਮ ਓਂਕਾਰ ਦਿਨ ਕਹਾ ਸੋ ਧੁੰਨ ਪੂਰ ਜਗਤ ਮੈਂ ਰਹਾ, ਸਾ ਉਹ ਧੁੰਨ ਸੰਸਾਰ ਦੇ ਅੰਦਰ ਉਹ ਐਨਰਜੀ ਦੀ ਧੁੰਨ ਹੈ, ਸ਼ਕਤੀ ਦੀ ਧੁੰਨ ਹੈ, ਕਹੀ ਦੀ ਹੈ ਉਹਦਾ ਜਿਹੜੇ ਸੁਣ ਸਕਦੇ ਨੇ ਉਹਨਾਂ ਨੂੰ ਇਹ ਪਤਾ, ਦੂਸਰਾ ਤਾਂ ਦੱਸ ਨਹੀਂ ਸਕਦਾ ਵੀ ਕਹੀ ਦੀ ਧੁੰਨ ਹੈ। ਇਹ ਪ੍ਰਕਿਰਤਿਕ ਧੁਨਾਂ ਤਾਂ ਪ੍ਰਕਿਰਤੀ ਤੋਂ ਪੈਦਾ ਹੁੰਦੀਆਂ ਨੇ, ਜਿਹੜੀ ਦੇਵ ਧੁੰਨ ਹੈ ਉਹਨੂੰ ਨਹੀਂ ਦੱਸ ਸਕਦੇ। ਉਹ ਮਾਤਾ ਦੇ ਪੇਟ ਚੱਲਦੀ ਸੀ, ਹੁਣ ਵੀ ਚੱਲਦੀ ਹੈ, ਸਾਰਿਆਂ ਦੇ ਚੱਲਦੀ ਹੈ ਜਿੰਨੇ ਆਪਾਂ ਬੈਠੇ ਹਾਂ। ਉਹਦੇ ਆਸਰੇ ਉਹ ਸਮਾਧਿਤ ਹੋਣ ਕਰਕੇ ਗਿਆਨਵਾਨ ਸੀ। ਉੱਥੇ ਬੇਨਤੀਆਂ ਕਰਦਾ ਸੀ ਵੀ ਹੇ ਪ੍ਰਭੂ ਤੂੰ ਮੈਨੂੰ ਇੱਥੋਂ ਕੁੰਭੀ ਨਰਕ ਚੋਂ ਕੱਢ, ਹੁਣ ਮੈਂ ਨਾਮ ਜਪਾਂ। ਮਹਾਰਾਜ ਪਰ ਹੋਇਆ ਕੀ? ਮਹਾਰਾਜ ਕਹਿੰਦੇ ਹੋਇਆ ਕੀ, ਇਹ ਬਹਿਦਾ ਫਰਮੋਸ਼ ਹੈ ਬੰਦਾ ਐਸਾ ਵੀ। ਮਹਾਂਪੁਰਸ਼ ਦੱਸਦੇ ਆ ਕਿ ਉੱਥੇ ਆਕਾਸ਼ਬਾਣੀ ਹੁੰਦੀ ਹੈ ਕਿ ਇਹ ਜੀਵ ਤੂੰ ਇੱਕ ਵਾਰੀ ਮਨੁੱਖ ਨਹੀਂ ਬਣਿਆ, ਸੈਂਕੜੇ ਵਾਰੀ ਬਣ ਚੁੱਕਿਆ। ਹਰ ਵਾਰੀ ਤੂੰ ਨਾਮ ਨੂੰ ਛੱਡ ਕੇ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਇਹਨਾਂ ਦੇ ਵਿੱਚ ਭਰ ਜਾਂਦੇ ਅਤੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ। ਫਿਰ ਉੱਥੇ ਹੀ ਫੇਰ ਆ ਜਾਂਦਾ, ਜਾਂ ਹੁਣ ਜੁਗਤ ਬਿਹਾਨੇ ਕਹੀ ਜਾਣ ਨਾਨਕ ਰਾਖ ਲਿਓ ਆਪਣ ਕਰ ਕਰ। ਕਹਿੰਦਾ ਹੁਣ ਨਹੀਂ ਮੈਂ ਭੁੱਲਦਾ, ਕਹਿੰਦੇ ਜਮਾਨਤ ਦੇ, ਇੱਥੇ ਤਾਂ ਕੋਈ ਹੈ ਹੀ ਨਹੀਂ, ਕਹਿੰਦੇ ਪੰਜਾਂ ਤੱਤਾਂ ਦੇ ਭਵਾਨੀ ਦੇਵਤਾ ਹੈਗੇ, ਇਹਨਾਂ 'ਚੋਂ ਪੁੱਛ ਲੈ। ਆਕਾਸ਼ ਨੇ ਕਿਹਾ ਵੀ ਮੇਰਾ ਤਾਂ ਵਜੂਦ ਹੈ ਕੋਈ ਨਹੀਂ, ਦੂਜਾ ਤੂੰ ਝੂਠਾ ਬੰਦਾ ਹੈ, ਵਹਿਦਾ ਫਰਮੋਸ਼ ਹੈ, ਕਹਿ ਕੇ ਵਾਰ ਵਾਰ ਮੁੱਕਰਦਾ ਹੈ। ਪਾਣੀ ਦੂਜਿਆਂ ਨੂੰ ਪੁੱਛਿਆ, ਅੱਗ ਨੂੰ ਪੁੱਛਿਆ, ਉਹ ਕਹਿੰਦੇ ਮੇਰਾ ਤੇਰਾ ਕੀ ਸੰਪਰਕ, ਮੇਰੇ ਕੋਲ ਆ ਜਾਏਗਾ ਜਲ ਜਾਏਗਾ। ਹਵਾ ਨੂੰ ਪੁੱਛਿਆ, ਮਿੱਟੀ ਨੂੰ ਪੁੱਛਿਆ, ਸਾਰਿਆਂ ਨੇ ਜਵਾਬ ਦਿੱਤਾ। ਪਾਣੀ ਦਾ ਦੇਵਤਾ ਰਹਿ ਗਿਆ ਬਰਨ ਦੇਵਤਾ, ਉਹਨੂੰ ਕਿਹਾ ਵੀ ਤੂੰ ਮੇਰੀ ਜਮਾਨਤ ਦੇ ਦੇ, ਤੇਰਾ ਮੈਂ ਕਦੇ ਆਸਾਨ ਨਹੀਂ ਭੁੱਲੂਗਾ। ਕਹਿੰਦਾ ਨਾ ਬਈ, ਤੂੰ ਤਾਂ ਕਹਿ ਕੇ ਮੁੱਕਰਨ ਵਾਲਾ ਬੰਦਾ ਹੈ, ਮੈਂ ਤੇਰੀ ਜਵਾਨ ਦੇ ਕੇ ਕਿਵੇਂ ਝੂਠਾ ਹੋ ਜਾ। ਜਾਂ ਬਹੁਤ ਉਹਨੇ ਤਰਲੇ ਕਰੇ ਤਾਂ ਉਹਨੇ ਕਿਹਾ ਵੀ ਚੰਗਾ ਮੈਂ ਕੰਡੀਸ਼ਨਲ ਜਵਾਨ ਤਾਂ ਦੇ ਦੇਣਾ, ਪੁੱਛ ਲੈ ਪ੍ਰਭੂ ਨੂੰ ਬੇਨਤੀ ਕਰ।
ਬੇਨਤੀ ਕਰੀ ਹੈ ਪ੍ਰਭੂ ਪੂਰਾ ਜਵਾਨਤੀਆਂ ਤਾਂ ਮਿਲਦਾ ਨਹੀਂ, ਸ਼ਰਤ ਨਾਲ ਜਵਾਨਤੀਆਂ ਹੈ। ਕਹਿੰਦੇ ਦੱਸੋ ਕੀ ਸ਼ਰਤ ਹੈ? ਕਹਿਣ ਲੱਗਿਆ ਵਰਨ ਦੇਵਤਾ ਕਿ ਮਹਾਰਾਜ ਇਹ ਹੈਗਾ ਝੂਠਾ, ਫਿਰ ਤੂੰ ਕਿਉਂ ਜਵਾਨਤ ਦਿੰਦਾ? ਕਹਿੰਦੇ ਮਹਾਰਾਜ ਬੋਲੇ ਵਿਚਾਰੇ ਨੇ ਇਹਦੇ ਤਰਸ ਵੀ ਕਰੋ, ਬੜੀ ਮੁਸ਼ਕਿਲ ਦੇ ਨਾਲ ਇਹਦਾ ਮਾਨਸ 99 ਨੂੰ ਪ੍ਰਾਪਤ ਹੋ ਰਿਹਾ। ਮੇਰਾ ਇਹ ਹੈ ਕਿ ਜਦੋਂ ਕੱਪ ਭਰ ਕੇ ਇੱਕ ਵਾਰੀ ਪਿੰਡੇ ਦੇ ਸਰੀਰ 'ਤੇ ਪਾਏਗਾ, ਮੈਂ ਇਹਦੇ ਮੁੱਖ ਤੋਂ ਵਾਹਿਗੁਰੂ ਅੱਲਾ ਰਾਮ ਇੱਕ ਵਾਰੀ ਤਾਂ ਕਹਾ ਲੂੰਗਾ, ਗਾ ਇਹ ਜਣੇ ਇਹਦਾ ਕੰਮ। ਉਹ ਇੰਨੀ ਕੁ ਲੰਗੜੀ ਜਵਾਨਤ ਦੇ ਉੱਤੇ ਸਾਡਾ ਜਨਮ ਹੋਇਆ। ਹੁਣ ਮਹਾਰਾਜ ਕਹਿੰਦੇ ਹੋਇਆ ਕੀ ਐਕਚੁਅਲੀ? ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਦਾ ਖੇਲ ਰਚਾਇਆ, ਜਦ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਹੁਣ ਉਹ ਰੂਹ ਦੇ ਵਾਰਸ ਆ ਗਏ, ਪਹਿਲਾਂ ਤਾਂ ਉਹਦਾ ਕੋਈ ਵਾਰਸ ਨਹੀਂ ਸੀ ਨਾ ਕੋਈ ਰਿਸ਼ਤੇਦਾਰ ਸੀ, ਹੁਣ ਰਿਸ਼ਤੇਦਾਰ ਬਣ ਗਏ। ਮੈਂ ਪਿਤਾ ਜੀ, ਮੈਂ ਉਹਦਾ ਭਰਾ ਜੀ, ਮੈਂ ਮੇਰਾ ਉਹ ਭਾਈ ਹੈ, ਭੈਣ ਹੈ। ਪਹਿਲਾਂ ਨਹੀਂ ਸੀਗਾ, 9 ਮਹੀਨੇ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਕਿੱਥੇ ਸੀਗਾ। ਉੱਥੇ ਹੁਣ ਹੋਇਆ ਕਿ ਸਾਰੇ ਇਹਦੇ ਦੁਆਲੇ ਹੋ ਗਏ, ਮਾਇਆ ਪੈ ਗਈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਇਆ, ਜਦ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਲਿਵ ਤਾਂ ਟੁੱਟ ਗਈ ਜਿਹੜੀ ਵਾਹਿਗੁਰੂ ਦੇ ਨਾਮ ਦੀ ਧੁੰਦ ਸੀ, ਹੁਣ ਹੋ ਕੇ ਗਿਆ ਉਹਦੇ ਵਿਪਰੀਤ, ਸੰਸਾਰ ਦੇ ਵਿੱਚ ਪ੍ਰਵਿਰਤ ਹੋ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਉਹ ਛੱਡ ਦਿੱਤਾ, ਦੁੱਧ ਪਿਆਰਾ ਹੋ ਗਿਆ। ਕਦੇ ਕਦੇ ਰੋਂਦਾ, ਉਹ ਕਹਿੰਦੇ ਜੀ ਇਹਦੇ ਪਿੱਛਾ ਯਾਦ ਆਉਂਦਾ, ਪਿੱਛਾ ਨਹੀਂ, ਉਹ ਨਾਮ ਧੁਨ ਟੁੱਟੀ ਹੋਈ, ਉਹ 1.25 ਮਹੀਨਾ ਚੱਲਦੀ ਰਹਿੰਦੀ ਹੈ ਇਹਦੇ ਅੰਦਰ ਜਨਮ ਲੈਣ ਤੋਂ ਬਾਅਦ ਵੀ, ਉਹਦੇ ਬਾਅਦ ਹੌਲੀ ਹੌਲੀ ਭੁੱਲ ਜਾਂਦਾ। ਅਤੇ ਜਿਸ ਵਕਤ ਫਿਰ ਉਹ ਚੱਲ ਪੈਂਦੀ ਹੈ, ਫਿਰ ਇਹ ਹੱਥ ਪੈਰ ਮਾਰਦਾ, ਖੇਡਦਾ, ਖੂਬ ਜੰਗ ਹੱਸਦਾ। ਉਹ ਜਦੋਂ ਫਿਰ ਭੁੱਲ ਜਾਂਦਾ, ਦੂਆ ਧਿਆਨ ਆਉਂਦਾ, ਫਿਰ ਭੁੱਲ ਜਾਂਦਾ। ਹੁੰਦਾ ਕੀ ਹੈ, ਹੌਲੀ ਹੌਲੀ ਸਾਧ ਸੰਗਤ ਜੀ, ਆਪਾਂ ਐਸਾ ਸਮਾਂ ਆਉਂਦਾ ਹੈ ਕਿ ਵਾਹਿਗੁਰੂ ਨੂੰ ਬਿਲਕੁਲ ਟੋਟਲੀ ਭੁੱਲ ਜਾਂਦੇ। ਇਹ ਖਿਆਲ ਨਹੀਂ ਰਹਿੰਦਾ ਵੀ ਮੈਂ ਨਾਮ ਜਪਣ ਵਾਸਤੇ ਆਇਆ। ਮਹਾਰਾਜ ਕਹਿੰਦੇ ਤੇਰੇ ਉੱਤੇ ਮਾਇਆ ਦਾ ਜਾਲ ਪੈ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਜਾਲ ਪੈ ਕੇ ਹੁਣ ਹੋਵੇ ਕੀ ਵਿਚਾਰਾ, ਫਿਰ ਸਾਧੂ ਸੰਤਾਂ ਦੀ ਵਾਰੀ ਆਉਂਦੀ ਹੈ ਬਈ ਇਹ ਤੂੰ ਤਾਂ ਭੁੱਲ ਗਿਆ, ਤੂੰ ਨਾਮ ਜਪ, ਤੂੰ ਆਇਆ ਹੀ ਨਾਮ ਜਪਣ ਵਾਸਤੇ ਹੈ। ਵਾਰ ਵਾਰ ਉੱਚੀ ਉੱਚੀ ਉਹਨੂੰ ਸੰਬੋਧਨ ਕਰਦੇ ਹੋਏ ਸਾਵਧਾਨ ਕਰਦੇ ਨੇ, ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। Thank you.
ਜਨਮਤ ਮੋਹਿਓ ਮੋਹਨੀ ਮਾਇਆ, ਗਰਭ ਕੁੰਡ ਮੇ ਉਧ ਤਪ ਕਰਦੇ, ਸਾਧ ਸਾਧ ਸਿਮਰਤ ਹਰ ਰਹਿਤੇ, ਉਰਜ ਭਰਿਓ ਜੋ ਛੋੜ ਜਾਨਾ, ਦੇਵਨ ਹਾਰ ਮਨੋ ਵਿਸਰਾਮ। ਉੱਥੇ ਫੇਰ ਲੱਗ ਗਿਆ, ਭੁੱਲ ਗਿਆ ਸੰਤ ਮਹਾਤਮਾ ਗੁਰੂ ਦੀ ਬਾਣੀ ਵੇਦ ਸ਼ਾਸਤਰ ਹੈਰਾਨ ਨੇ, ਮੈਨੂੰ ਕਿਵੇਂ ਸਮਝਾਇਆ ਜਾਵੇ। ਕਹਿੰਦਾ ਚਿੱਤ ਨਹੀਂ ਫੇਰਦਾ ਹੈ, ਹਾਕਾ ਮਾਰ ਕੇ ਵੇਦ ਸਮਝਾ ਰਹੇ ਨੇ, ਕੁਰਾਨ ਸ਼ਰੀਫ ਸਮਝਾ ਰਿਹਾ, ਗੁਰੂ ਗ੍ਰੰਥ ਸਾਹਿਬ ਸਮਝਾ ਰਿਹਾ, ਬਾਈਬਲ ਸਮਝਾ ਰਹੀ ਹੈ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਅਨੇਕਾਂ ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹੌਲੀ ਹੌਲੀ ਨਹੀਂ ਉੱਚੀ ਉੱਚੀ ਬੋਲ ਕੇ ਵੀ ਕਿਸੇ ਤਰੀਕੇ ਨਾਲ ਇਹਨੂੰ ਅੰਦਰ ਕਰ ਪਹੁੰਚ ਜਾਵੇ।
ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਵਜਾਇਆ ਸੀ ਕਿਤੇ ਫਿਰ ਚਿੱਤ, ਜਿਹਦਾ ਚੇਤਾ ਇੱਧਰ ਨੂੰ ਆਉਂਦਾ ਹੀ ਨਹੀਂ ਹੈ, ਮਾਇਆ ਦੇ ਵਿੱਚ ਪਰਚਿਆ ਪਿਆ, ਉਹ ਨਿਕਲ ਨਹੀਂ ਸਕਦਾ। ਸੰਤ ਹੈਰਾਨ ਨੇ ਬਈ ਇਹ ਗੱਲ ਇਹਦੇ ਫਾਇਦੇ ਦੀ ਹੈ, ਸਮਝਦਾ ਕਿਉਂ? ਇਸਲਾਮ ਦੇ ਵਿੱਚ ਆ ਵੀ ਸ਼ੈਤਾਨ ਬੈਠਾ ਇਹਦੇ ਅੰਦਰ, ਉਹ ਨਹੀਂ ਸਮਝਣ ਦਿੰਦਾ। ਅਸੀਂ ਕਹਿੰਦੇ ਵੀ ਕਲਯੁੱਗ ਦਾ ਸਮਾਂ ਆ ਗਿਆ, ਉਹ ਲੱਗਣ ਨਹੀਂ ਦਿੰਦਾ। ਮਹਾਤਮਾ ਬੁੱਧ ਨੇ ਕਿਹਾ ਇੱਕ ਦੇਵਤਾ ਹੈ ਮਾਰ, ਉਹਦਾ ਨਾਂ ਹੈ, ਉਹ ਜੇ ਰੱਬ ਵੱਲ ਨੂੰ ਕੋਈ ਲੱਗੇ ਤਾਂ ਵਿਘਨ ਖੜ੍ਹੇ ਕਰ ਦਿੰਦਾ ਪੂਰੇ, ਆਪਣੇ ਜਾਲ ਤੋਂ ਨਿਕਲ ਨਹੀਂ ਦਿੰਦਾ। ਕਹਿੰਦੇ ਕੀ ਕਰਿਆ ਜਾਵੇ, ਬੜਾ ਮੁਸ਼ਕਲ ਹੈ। ਸੋ ਇਹ ਸਾਡਾ ਇਤਿਹਾਸ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਾਬੀ ਭਈਆ ਬੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਰ, ਛੇਵੇਂ ਕਾਮਨਾ ਪੁੱਛਿਆ ਜਾ, ਸੱਤਵਾਂ ਸਦਗੀ ਆ ਕਾਰਬਾਰ, ਅੱਠਵੇਂ ਕ੍ਰੋਧ ਹੋਆ ਤਾਨਾ, ਨੌਵੇਂ ਧੌਲੇ ਉੱਭੇ ਸਵਾਹ, ਦਸਵਾਂ ਦੱਦਾ ਹੋਆ ਸਵਾਹ। ਖਤਮ ਹੋ ਗਈ ਗੱਲ। ਫਿਰ ਅੱਗੇ ਚਲੋ, ਵਾਹਿਗੁਰੂ ਜੀ ਕਹਿੰਦੇ ਜੇ ਤੂੰ ਮੇਰਾ ਨਾਮ ਲਵੇ ਨਾ, ਤੈਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ, ਮੈਂ ਕੋਈ ਮੁਰਦਾ ਨਹੀਂ ਹਾਂ, ਮੈਂ ਕੋਈ ਹਾਰੀ ਹੰਭੀ ਹਸਤੀ ਨਹੀਂ ਹਾਂ, ਮੈਂ ਨਰੋਆ, ਮੇਰੇ ਮੁਕਾਬਲੇ 'ਤੇ ਕੋਈ ਵੀ ਨਹੀਂ ਸ਼ਕਤੀ ਹੋਰ। ਰਿਜ਼ਕ ਤੁਹਾਨੂੰ ਮੈਂ ਦਿੰਦਾ, ਸਿਹਤ ਮੈਂ ਦਿੰਦਾ, ਸੁਣਨ ਦੀ ਸ਼ਕਤੀ ਮੈਂ ਦਿੰਦਾ, ਦੇਖਣ ਦੀ ਸ਼ਕਤੀ ਤੁਹਾਨੂੰ ਮੈਂ ਦਿੰਦਾ, ਬੋਲਣ ਦੀ ਸ਼ਕਤੀ ਤੁਹਾਨੂੰ, ਤੁਰਨ ਫਿਰਨ ਦੀ ਸ਼ਕਤੀ ਤੁਹਾਨੂੰ, ਸੋਹਣੇ ਮਕਾਨ, ਪੀਣ ਵਾਲਾ ਪਾਣੀ ਮੈਂ ਦਿੰਦਾ, ਸੋਹਣੀ ਹਵਾ ਦਿੰਦਾ ਤੁਹਾਨੂੰ ਜਿਹੜੀ ਸਾਫ਼ ਸੁਥਰੀ ਹੈ। ਮੈਂ ਐਵੇਂ ਨਹੀਂ ਹਾਂ ਪਿਆਰਿਆ, ਮੈਂ ਤੇਰੇ ਉੱਤੇ ਸਦਾ ਹੀ ਦਿਆਲੂ ਹਾਂ, ਮੇਰਾ ਨਾਂ ਹੀ ਦਿਆਲੂ ਹੈ, ਸਦਾ 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 ਦਿਆਲ, ਸਿਮਰ 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 ਨਾਨਕ ਪਏ ਨਿਹਾਲ। ਤੈਨੂੰ ਕਿਸ ਗੱਲ ਦਾ ਡਰ ਹੈ? ਇਹੀ ਹੈ ਵੀ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਗੁਲਤਾਨ ਹੋ ਗਿਆ, ਇਹ ਤੈਨੂੰ ਧੋਖਾ ਦੇਣਗੇ। ਨਿੱਕਾ ਜਿਹਾ ਹੀ ਜਾਂ ਨਿੰਦਿਆ ਕੀ ਹੁੰਦੀ ਹੈ, ਆਦਮੀ ਸਹਿ ਸੁਭਾਅ ਕਰ ਦਿੰਦਾ, ਨਿੰਦਕ ਨਾਲ ਰਲ ਜਾਂਦਾ। ਕਿਸੇ ਦੇ ਔਗਣ ਸਾਨੂੰ ਬੜੇ ਹੀ ਪਿਆਰੇ ਲੱਗਦੇ ਨੇ, ਇੱਕ ਵਾਰੀ ਪਤਾ ਲੱਗ ਜਾਵੇ ਵੀ ਇਹ ਬੰਦੇ ਦੇ ਵਿੱਚ ਇਹ ਨੁਕਸ ਸੀਗੇ, ਸਾਨੂੰ ਬੜੇ ਪਿਆਰੇ ਲੱਗਣਗੇ, ਅਸੀਂ ਕਹਾਂਗੇ ਅੱਛਾ ਹੋਰ ਵੀ ਹੈ, ਹੋਰ ਵੀ ਹੈ। ਉਹ ਮਹਾਰਾਜ ਕਹਿੰਦੇ ਕਿਉਂ ਤੂੰ ਇਹਨਾਂ ਖਿਆਲਾਂ ਨੂੰ ਅੰਦਰ ਆਉਣ ਦਿੰਦਾ, ਪੈਰਾਂ ਦੇ ਤੇਰੇ ਅੰਦਰ ਫੁਰਨਾ ਬਣ ਜਾਏਗਾ, ਸੰਸਕਾਰ ਬਣੇਗਾ, ਜਦ ਤੂੰ ਨਾਮ ਜਪੇਗਾ ਇਹ ਖਿਆਲ ਰੂਪ ਧਾਰ ਕੇ ਤੇਰੇ ਸਾਹਮਣੇ ਆ ਜਾਣਗੇ, ਨਾ ਸੁਣ ਨਿੰਦਿਆ ਕਿਸੇ ਦੀ। ਜਿਹੜਾ ਕਰਦਾ ਹੈ ਮਹਾਰਾਜ ਉਹਨੂੰ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ, ਮੂੰਹ ਕਾਲੇ ਦਿਨਾਂ ਨਿੰਦਕਾ ਨਲਕੇ ਕੋਰ ਪਵਨ। ਜਵਾਨ ਨੇ ਚਾਰ ਉਮਰ ਜੀ ਨੇ ਵਹਿਰੂ ਵਹਿਰੂ ਕਹਿ ਲੈਂਦੀ ਇਹਦੀ ਥਾਂ 'ਤੇ। ਬੜਾ ਪਿਆਰਾ ਲੱਗਦਾ ਸਾਧ ਸਿੰਘ ਜੀ ਦੂਏ ਦਾ ਨੁਕਸ ਸੁਣ। ਧੰਨ ਨੇ ਉਹ ਬੰਦੇ ਜਿਹੜੇ ਹੱਥ ਪਰੇ ਕਰਨੇ ਵੀ ਰਹਿਣ ਦੇ ਰਹਿਣ ਦੇ, ਮੈਂ ਤਾਂ ਉਹ ਤੋਂ ਹੀ ਮਾੜਾ। ਮਹਾਰਾਜ ਕਹਿੰਦੇ ਜੇ ਬਚਣਾ ਤਾਂ ਸਮਝ ਲਾ ਪੱਕਾ, ਕਬੀਰ ਸਭ 'ਤੇ ਹਮ ਬੋਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਰ ਦਾ ਮਹਾਰਾਜ। ਸੋ ਪਰਮੇਸ਼ਰ ਕਹਿੰਦੇ ਮੇਰੇ ਵੱਲ ਨੂੰ ਦੋ ਕਦਮ ਵਧਾ ਕੇ ਤਾਂ ਦੇਖ, ਤੈਨੂੰ ਪਤਾ ਮੈਂ ਕਿੰਨਾ ਆਉਣਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ, ਕਰੋੜ ਪੈਂਡਾ ਆਉਣਾ ਮੈਂ, ਤੂੰ ਚਾਰ ਪਰਤ ਲੈ।
ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤਾ, ਇੱਕ ਵਾਰੀ ਗੁਰੂ ਨੂੰ ਯਾਦ ਕਰ ਲਓ। ਗੁਰੂ ਵਾਰ ਵਾਰ ਉਹਦਾ ਨਾਂ ਲੈਂਦਾ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਪਿਆਰ ਦੇ ਨਾਲ ਲਿਆ ਕੇ ਆਪਣੀ ਸਮਰੱਥਾ ਦੇ ਮੁਤਾਬਕ, ਚਾਹੇ ਛੋਟੀ ਜਿਹੀ ਭੇਟਾ ਗੁਰੂ ਕੋਲ ਰੱਖੇ, ਤਾਹੇ ਗੁਰੂ ਸਰਬੰਧ ਦਾਨ ਦਾਨ ਦੇਤਾ, ਸਾਰੇ ਖਜ਼ਾਨੇ ਖੋਲ ਦਿੰਦਾ। ਪਰ ਭਾਵਨੀ ਦੀ ਲੋੜ ਹੈ। ਇੱਕ ਵਾਰੀ ਬਾਬਾ ਕਰਮ ਸਿੰਘ ਦੀ ਹੋਤੀ ਮੈਦਾਨ ਵਾਲੇ ਸੰਗਤ ਵਿੱਚ ਬੈਠੇ ਨੇ, ਬਹੁਤ ਸੰਗਤ ਦਰਸ਼ਨ ਕਰਨ ਆਈ ਹੋਈ ਹੈ, ਵਚਨ ਵਿਲਾਸ ਚੱਲ ਰਹੇ ਨੇ, ਅਤੇ ਇੱਕ ਅਮੀਰ ਆਇਆ। ਉਹ ਵਾਰ ਵਾਰ ਦੇਖਦਾ ਵੀ ਬਾਬਾ ਜੀ ਮੇਰੇ ਵੱਲ ਦੇਖ ਲੈਣ, ਫਿਰ ਮੈਂ ਭੇਟਾ ਤੈਨੂੰ। ਹੱਥ ਵਿੱਚ ਕਾ ਮਾਇਆ ਲਈ ਖੜਾ। ਬਾਬਾ ਜੀ ਕਹਿੰਦੇ ਗੁਰਮੁਖਾ ਬੈਠ ਇੱਕ ਪਾਸੇ ਹੋ ਕੇ, ਸੰਗਤ ਰੁਕੀ ਖੜੀ। ਉਹਨੇ ਕਿਹਾ ਵੀ ਹੁਣ ਬਾਬਾ ਜੀ ਨੇ ਧਿਆਨ ਦਿੱਤਾ, ਉਹ ਮਾਇਆ ਚਰਨਾਂ 'ਚ ਰੱਖ ਦਿੱਤੀ ਉਹਨਾਂ ਨੇ, ਚਲਿਆ ਗਿਆ। ਉਹਨਾਂ ਨੇ ਕੋਈ ਨੋਟਿਸ ਨਾ ਲਿਆ। ਥੋੜ੍ਹੀ ਦੇਰ ਤੋਂ ਬਾਅਦ ਇੱਕ ਮਾਈ ਆ ਗਈ, ਮੈਲੇ ਕੱਪੜੇ, ਦੂਰ ਖੜੀ ਹੈ, ਡਰਦੀ ਹੈ ਵੀ ਇਹ ਚਿੱਟੇ ਕੱਪੜੇ ਵਿਛੇ ਹੋਏ ਨੇ, ਸੋਹਣੇ ਸੋਹਣੇ ਬੰਦੇ ਬੈਠੇ ਨੇ, ਮੇਰੇ ਤਾਂ ਪਸੀਨਾ ਤੁਰ ਕੇ ਆਈਆਂ, ਪਸੀਨੇ ਦਾ ਬਦਬੂ, ਮੇਰੇ ਪਸੀਨੇ ਦੀ ਬਦਬੂ ਹੈ ਮੇਰੇ ਸਰੀਰ ਦੇ ਅੰਦਰ, ਕਿਵੇਂ ਮੈਂ ਮਹਾਂਪੁਰਸ਼ਾਂ ਦੇ ਨੇੜੇ ਜਾਵਾਂ। ਬਾਬਾ ਜੀ ਨੇ ਕਿਹਾ ਮਾਤਾ ਅੱਗੇ ਆ ਜਾ, ਅੱਗੇ ਅੱਗੇ ਆ, ਨੇੜੇ ਬੁਲਾ ਲਈ। ਜੇਬ 'ਚੋਂ ਇੱਕ ਲੀਰ ਕੱਢਣ ਲੱਗ ਗਈ, ਉਹਦੀਆਂ ਗੰਢਾਂ ਖੋਲ੍ਹਣ ਲੱਗ ਗਈ, ਚਾਰ ਪੰਜ ਗੰਢਾਂ ਦਿੱਤੀਆਂ ਹੋਈਆਂ, ਉਹਦੇ 'ਚ 5 ਪੈਸੇ। ਬਾਬਾ ਜੀ ਨੇ ਆਏ ਹੱਥ ਕਰ, ਉਹ ਹੱਥ 'ਚ ਫੜ ਲਏ ਪੈਸੇ, ਕਦੇ ਆਏ ਹੱਥ 'ਚ, ਕਦੇ ਆਏ ਹੱਥ 'ਚ, ਉਹ ਥੱਲੇ ਪਏ ਨੇ। ਉਹ ਅਮੀਰ ਦਾ 1000 ਰੁਪਈਆ ਮੱਥਾ ਟੇਕਿਆ ਹੋਇਆ, ਉਹਨੂੰ ਬਾਬਾ ਜੀ ਜਦ ਪੈਰ ਦੇ ਨਾਲ ਲੱਗਦਾ ਠੋਕਰ ਜੀ ਮਾਰ ਕੇ ਪਰੇ ਨੂੰ ਕਰ ਦਿੰਦੇ ਨੇ। ਉਹ ਹੇਠਾਂ ਬੈਠਾ ਸੋਚੀ ਜਾਂਦਾ ਵੀ ਲੈ ਬਾਬਾ ਜੀ ਨੇ ਮੇਰੇ ਵਾਲਾ ਦੇਖਿਆ ਨਹੀਂ ਪੈਸਾ, ਅਤੇ 5 ਪੈਸੇ ਲੈ ਕੇ ਹੱਥਾਂ 'ਚ ਆਇਆ ਕਰੀ ਜਾਂਦੇ। ਉਹਦਾ ਫੁਰਨਾ ਕਰਨ 'ਤੇ ਹਟਿਆ ਹੀ ਨਾ, ਬਾਬਾ ਜੀ ਕਹਿੰਦੇ ਕੀ ਫੁਰਨਾ ਕਰ ਰਿਹਾ ਤੂੰ, ਇਹ ਪੈਸੇ ਨਾਲ ਆਪਣੇ ਪੈਸੇ ਮਿਲਾ ਰਿਹਾ, ਚੱਕ ਆਪਣੇ ਪੈਸੇ। ਕਹਿੰਦਾ ਖੂਨ ਹੈ ਲੋਕਾਂ ਦਾ, ਰਿਸ਼ਵਤ ਲੈ ਕੇ ਮੇਰੇ ਕੋਲ ਲਿਆ ਤੀ, ਮੈਂ ਕਿਹੜੇ ਸਾਧ ਨੂੰ ਖਿਲਾਊਂਗਾ। ਜਿਹਦੇ ਅੰਦਰ ਜਾਏਗਾ ਉਹਦੀ ਬਿਰਤੀ ਟੁੱਟ ਜਾਏਗੀ, ਸੰਗਤ ਨੂੰ ਖਿਲਾਊਂਗਾ ਸੰਗਤ ਦੀ ਬਿਰਤੀ ਟੁੱਟ ਜਾਏਗੀ, ਸਥਾਨ 'ਤੇ ਲਾਊਂਗਾ ਇੱਥੇ ਕਲਾ ਕਲੇਸ਼ ਆ ਕੇ ਜਨਮ ਲੈ ਲੂਗਾ। ਪਿਆਰਿਆ ਇੱਥੇ ਤਾਂ ਸ਼ੁੱਧ ਕਮਾਈ ਨੂੰ ਇਹ ਮਾਣ ਮਿਲਦਾ, ਚਾਹੇ ਕੌਡੀ ਹੈ ਉਹ ਵੀ ਕਰੋੜਾਂ ਵਰਗੀ ਹੈ। ਵਾਧਾ ਦੱਸ, ਇਹ ਪੈਸੇ ਤੇਰੇ ਕੋਲ ਕਿਵੇਂ ਆਏ? ਕਹਿਣ ਲੱਗੀ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਮੈਂ ਗਰੀਬ ਨਹੀਂ ਹਾਂ, ਬਹੁਤ ਦੇਰ ਤੋਂ ਮੈਂ ਵਿਧਵਾ, ਮੇਰੀ ਉਮਰ 80 ਸਾਲ ਦੀ ਹੋ ਗਈ ਹੈ, ਸਰੀਰ ਮੇਰਾ ਕ੍ਰਿਸ਼ ਹੋ ਗਿਆ, ਹੁਣ ਮੈਂ ਜਾ ਕੇ ਕਿਸੇ ਦਾ ਪੀਣ ਪੀਣੀ ਆ, ਕਿਸੇ ਦੇ ਕੱਪੜੇ ਧੋਣੀ ਆ, ਕਿਸੇ ਦਾ ਬੱਚਾ ਸਾਂਭਦੀ ਹਾਂ, ਕਿਸੇ ਦਾ ਘਰ ਲਿਪਦੀ ਹਾਂ, ਇਹਦੇ ਵਜ਼ਾਨੇ 'ਚ ਮੈਨੂੰ ਰੋਟੀ ਦੇ ਦਿੰਦੇ ਨੇ, ਕੱਪੜਾ ਦੇ ਦਿੰਦੇ ਨੇ। ਕਦੇ ਕਦੇ ਕੋਈ ਤਿਉਹਾਰ ਆ ਗਿਆ, ਦਿਵਾਲੀ ਆ ਗਈ, ਦੁਸਹਿਰਾ ਆ ਗਿਆ, ਕੋਈ ਹੋਰ ਆ ਗਿਆ, ਵਿਸਾਖੀ ਆ ਗਈ, ਤਾਂ ਮੈਨੂੰ 1 ਪੈਸਾ ਇਨਾਮ ਦੇ ਦਿੰਦੇ ਨੇ। ਬਾਬਾ ਜੀ ਮੈਂ 2 ਸਾਲ 'ਚ 5 ਪੈਸੇ ਇਕੱਠੇ ਕਰੇ, ਮੈਂ ਆ ਤਾਂ ਪਹਿਲਾਂ ਜਾਣਾ ਸੀ 2 ਸਾਲ ਤੁਹਾਡੇ ਕੋਲ, ਪਰ ਮੇਰੇ ਕੋਲ ਮਾਇਆ ਨਹੀਂ ਸੀਗੀ,
ਅਤੇ ਮੈਂ ਸੁਣਿਆ ਵੀ ਮਹਾਂਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਈਦਾ, ਖਾਲੀ ਜਾਂਦਾ ਖਾਲੀ ਆਉਂਦਾ, ਸ਼ਰਧਾ ਦੇ ਨਾਲ ਪੂਰੀ ਦੇ ਨਾਲ ਚਾਹੇ ਟਕਾ ਲੈ ਕੇ ਜਾਓ, ਉਹਦੇ ਵੀ ਖਜ਼ਾਨੇ ਭਰ ਜਾਂਦੇ ਨੇ। ਸੋ ਬਾਬਾ ਜੀ 2 ਸਾਲ 'ਚ ਪੈਸੇ ਹੋਏ, 30 ਮੀਲ 'ਤੇ ਮੈਂ ਰਹਿੰਦੀ ਹਾਂ, ਪੈਸਾ ਮੇਰੇ ਕੋਲ ਹੈ ਨਹੀਂ ਸੀ, ਮੈਂ ਤਾਂਗੇ ਚੜ੍ਹ ਜਾਂਦੀ, ਪੈਦਲ ਚੱਲ ਕੇ 3 ਦਿਨਾਂ 'ਚ ਇੱਥੇ ਪਹੁੰਚੀ ਹਾਂ। ਹੁਣ ਆਪਦੀ ਕਿਰਪਾ ਹੋਈ, ਆਪਣੇ ਬੁਲਾ ਕੇ ਆਪਣੀ ਭੇਟਾ ਲੈ ਲਈ। ਮਹਾਰਾਜ ਕਹਿੰਦੇ ਕਿਉਂ ਬਈ ਤੂੰ ਕਿਹੜੀ ਗੱਲ ਦਾ ਮਾਣ ਕਰਦਾ, ਤੂੰ ਤਾਂ ਰਿਸ਼ਵਤ ਦੇ ਪੈਸੇ ਲੈ ਕੇ ਐਂ ਨਜਾਇਜ਼ ਕਰੀ, ਤੈਂ ਵੱਡੀ ਲਈ ਹੈ, ਵੱਡੀ ਸੰਤਾਂ ਨੂੰ ਲਿਆ ਕੇ ਵੱਡਾ ਹੱਥ ਪੜਨਾ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਪਿਆਰਿਆ, ਭਾਵਨੀ ਦੇ ਨਾਲ ਜੇ ਤੂੰ ਕੌਡੀ ਵੀ ਭੇਟਾ ਕਰਦਾ ਨਾ, ਤੇਰੀ ਭਾਵਨੀ ਨੂੰ ਫਲ ਦੇਣ ਵਾਸਤੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਿਆ ਤਾਂ ਹੈ ਗੁਰ ਸਰਬ ਨਿਦਾਨ ਦਾਨ ਦੇ, ਤੂੰ ਕਿਉਂ ਫਿਕਰ ਕਰਦਾ, ਤੂੰ ਮੇਰੇ ਨਾਲ ਵਾਸਤਾ ਪਾ ਕੇ ਤਾਂ ਦੇਖ, ਸੰਬੰਧ ਪਾ ਕੇ ਤਾਂ ਦੇਖ, ਮੇਥੋਂ ਡਰੀ ਜਾਂਦਾ, ਦੂਰ ਦੂਰ ਜਾਈ ਜਾਂਦਾ, ਉਹ ਚੋਰਾਂ ਨੇ ਤਾਂ ਤੈਨੂੰ ਲੁੱਟ ਲਿਆ। ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕਰੋ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੁੱਝੇ, ਕੋਈ ਨਾ ਸੁਣੇ ਪੱਖਾ। ਮੇਰੀ ਯਾਦ ਰੂਪੀ ਜੋ ਨਾਮ ਧਨ ਹੈ, ਅੰਮ੍ਰਿਤ ਹੈ, ਉਹਨੂੰ ਇਹ ਲੁੱਟਦੇ ਨੇ, ਤੈਨੂੰ ਵਿਸ਼ੇ ਵਿਕਾਰਾਂ 'ਚ ਪਾਉਂਦੇ ਨੇ, ਨਰਕਾਂ ਦੇ ਵਿੱਚ ਜਾਂਦੇ। ਅਤੇ ਜਦੋਂ ਮੇਰਾ ਹੋ ਜਾਵੇ ਤਾਂ ਮੈਂ ਤੇਰੇ ਕੰਮ ਸਾਰੇ ਆਪੇ ਕਰ ਦੂੰਗਾ, ਕਿਉਂਕਿ ਤੂੰ ਮੇਰਾ, ਮੈਂ ਆਪਣੇ ਦੀ ਲਾਜ ਰੱਖਦਾ। ਐਸਾ ਫਰਮਾਨ ਆਉਂਦਾ ਹੈ, ਬੜੋ ਪਿਆਰਾ। ਹਰ ਜੀ ਛੱਡ ਕੇ ਸੰਗਾਸਣ ਆਉਂਦੇ, ਮਰਨੇ ਹੋਏ ਸੱਚੇ ਪਿਆਰੇ, ਛੱਡ ਕੇ ਸੰਗਾਸਣ Thank you.
ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਰ ਹੋਇਆ। ਕਹਿਣ ਲੱਗੇ ਪਿਆਰਾ ਬਣ ਕੇ ਤਾਂ ਦੇਖ ਤੇਰੇ ਸਾਰੇ ਕੰਮ ਕਰੂਗਾ, ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਹੜਾ ਹਰ ਕਾ ਨਾਮ ਪਿਆਰ। ਕਈਆਂ ਦਾ ਖਿਆਲ ਹੁੰਦਾ ਜੀ ਫਿਰ ਕਾਰੋਬਾਰ ਗਲਤ ਹੋ ਜਾਂਦਾ ਜੇ ਅਸੀਂ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਇੱਕ ਮਿਸਾਲ ਦਿੰਦਾ, ਹੱਡ ਬੀਤੀ ਖੇਤੀ ਮੈਂ ਕਰਿਆ ਕਰਦਾ ਸੀ, ਪਰ ਮੈਂ ਬਾਹਰਲੀ ਹਾਲਤ ਜਾਂ ਦੇਖੀ ਵੀ ਲੋਕ ਸਾਡੇ ਬੰਦੇ ਹੀ ਸ਼ਰਾਬਾਂ ਪੀਂਦੇ ਨੇ, ਡੰਗਰ ਚੋਰੀ ਕਰਦੇ ਨੇ, ਹਿਟਮੈਨ ਨੇ ਅਤੇ ਬੇਅੰਤ ਕਿਸਮ ਦੀਆਂ ਗਲਤ ਗੱਲਾਂ ਕਰਦੇ ਨੇ, ਅਸੀਂ ਬਦਨਾਮ ਹੋ ਰਹੇ ਹਾਂ। ਮੈਂ ਆਪਣਾ ਕੰਮ ਕਰਨ ਤੋਂ ਬਾਅਦ ਐਸਾ ਪਲੈਨ ਕਰਿਆ ਵੀ ਇੱਕ ਦੀਵਾਨ ਲਾਉਣਾ ਜ਼ਰੂਰ, ਆਪਣੀ ਟਰਾਲੀ, ਆਪਣੇ ਟਰੈਕਟਰ, ਆਪਣੀ ਉਹ ਕਾਰ ਉਹ ਲੈ ਕੇ ਤੁਰ ਪੈਣਾ ਅਤੇ ਡੇਰੇ ਡੇਰੇ ਜਾਣਾ। ਨਤੀਜਾ ਇਹ ਹੋਇਆ ਕਿ ਯੂਪੀ ਦੇ ਵਿੱਚ ਕ੍ਰਾਈਮ ਜਿਹੜਾ ਸਾਡੇ ਸਿੰਘਾਂ 'ਤੇ ਗਲ ਪਿਆ ਅਸੀਂ ਘੱਟ ਗਿਆ। ਉਹ ਘਟਣ ਨਾਲ ਪੁਲਿਸ ਵਾਲੇ ਇੰਸਪੈਕਟਰ ਜਨਰਲ ਪੁਲਿਸ ਆਏ, ਘਰ ਆਏ, ਕਹਿੰਦੇ ਮੈਂ ਪ੍ਰਸ਼ਾਦਾ ਛਕਣਾ। ਮੈਂ ਤੁਹਾਡਾ ਸਾਡਾ ਕੀ ਸਾਥ, ਤੁਹਾਡੇ ਤੁਸੀਂ ਤਾਂ ਸ਼ਰਾਬ ਮਾਸ ਕਰਨ। ਕਹਿੰਦੇ ਮੈਂ ਨਹੀਂ ਨਾ ਸ਼ਰਾਬ ਪੀਣਾ ਨਾ ਮੈਂ ਮਾਸ ਕਰਨ। ਮੈਂ ਕਿੰਨੇ ਬੰਦੇ ਹੋਣੇ, ਕਹਿੰਦੇ ਸਾਡੇ ਨਾਲ 60-70 ਤਾਂ ਹੋ ਜਾਂਦੇ। ਮੈਂ ਚੱਲ ਕੋਈ ਨਹੀਂ। ਉਹਦੇ ਬਾਅਦ ਪ੍ਰਸ਼ਾਦੇ 'ਤੇ ਉਹ ਖੜਾ ਹੋ ਕੇ ਕਹਿਣ ਲੱਗਿਆ, ਕਹਿੰਦਾ ਮੈਂ ਤਾਂ ਆਇਆ ਵੀ ਇਹਨਾਂ ਨੇ ਕ੍ਰਾਈਮ ਹਟਾ ਤਾ ਇੱਥੇ ਸਾਰੇ, ਬਿਲਕੁਲ ਕ੍ਰਾਈਮ ਲੈਸ ਹੋ ਗਿਆ ਇਲਾਕਾ, ਜਿੱਥੇ ਕ੍ਰਾਈਮ ਹੀ ਕ੍ਰਾਈਮ ਸੀ। ਅਤੇ ਉਹ ਕੰਮ ਕਾਰ ਦੇ ਵਿੱਚ ਕੰਮ ਹੈ ਕਰਨਾ, ਸਾਰੇ ਇੱਥੇ ਬੈਠੇ ਨੇ, ਕਹਿੰਦੇ ਤੁਹਾਡੀ ਫਸਲ ਸਾਰਿਆਂ ਨਾਲੋਂ ਸੋਹਣੀ ਹੁੰਦੀ ਸੀ, ਨਾਲੇ ਤੁਰੇ ਰਹਿੰਦੇ ਸੀ, ਕਦੇ ਫਸਲ ਦਾ ਤਿਆਰ ਨਹੀਂ ਸੀ ਦਿੰਦੇ। ਉਹ ਜਦੋਂ ਕਟਾਈ ਆ ਜਾਣੀ ਜਾਂ ਧਾਨ ਲਾਉਣੇ ਨੇ, ਮਾਰੇ ਮਾਰੇ ਫਿਰਦੇ ਸੀ ਅਸੀਂ ਲੇਬਰਾਂ ਟੋਲਦੇ, ਮੈਂ ਨਹੀਂ ਸੀ ਜਾਂਦਾ। ਮੈਨੂੰ ਫਿਰ ਨਹੀਂ ਸੀ ਮੈਂ ਜਾਵਾਂ ਤਾਂ ਜੇ ਫਿਰ ਹੋਵੇ, ਰੋਜ਼ ਇਹ ਹੁੰਦਾ ਅੱਜ ਸਤਸੰਗ ਫਲਾਣੇ ਥਾਂ, ਅੱਜ ਫਲਾਣੇ ਥਾਂ ਹੈ। ਆਪਣੇ ਖਰਚ ਕਰਦੇ ਸੀ, ਪੈਸੇ ਪੂਸੇ ਲੈਣ ਦਾ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਪੈਸੇ ਵੀ ਲੈ ਦਿੰਦੇ ਨੇ ਇਹਦੇ ਕੀਰਤਨਾਂ ਦੇ। ਮੈਨੂੰ ਹੁਣ ਤਾਂ ਹੀ ਨਹੀਂ ਪਤਾ, ਬੜਾ ਬੁਰਾ ਲੱਗਦਾ ਮੈਨੂੰ ਵੀ ਕੀਰਤਨ ਦਾ ਪੈਸਾ, ਇਹ ਤਾਂ ਭਜਨ ਕਰਦੇ ਹਾਂ ਅਸੀਂ, ਵਾਹਿਗੁਰੂ ਦਾ ਮੁੱਲ ਵੇਚਦੇ ਹਾਂ ਅਸੀਂ, ਇਹ ਹੋਰ ਗੱਲਾਂ ਕੱਢ ਲੈਂਦੇ ਨੇ। ਉਹ ਇੱਕ ਦਿਨ ਮੈਂ ਅਤੇ ਬੀਬੀ ਜੀ ਬੈਠੇ, ਕਣਕ ਪੱਕ ਗਈ, ਮੈਂ ਕਿਹਾ ਹੁਣ ਤਾਂ ਆਪਣੀ ਨਾ ਜੇ ਕੱਲ੍ਹ ਨੂੰ ਵੱਢਣ ਵਾਲੀ ਹੈ, ਮੇਰੇ ਤੋਂ ਯਾਦ ਨਹੀਂ ਹੋਇਆ ਲੇਬਰ ਦੇ, ਫਿਰ ਬੰਦਾ 100 ਚਾਹੀਦਾ ਘੱਟ ਤੋਂ ਘੱਟ। ਉਹ ਅਸੀਂ ਦੋਵੇਂ ਗੱਲਾਂ ਕਰਦੇ ਹਾਂ, ਕਹਿੰਦੇ ਤੁਸੀਂ ਸਤਸੰਗ ਕਰਦਾ ਨਾ ਕਰੋ ਜਾਇਓ। ਮੈਂ ਕਿਹਾ ਨਹੀਂ, ਕੋਈ ਪ੍ਰਬੰਧ ਹੋ ਜਾਣਾ, ਮਾਲਕ ਨੇ ਕਰ ਦੇਣਾ। ਉਹ ਅਸੀਂ ਕੀ ਦੇਖਦੇ ਹਾਂ, ਪੀਪੇ ਸਿਰਾਂ 'ਤੇ ਨੇ, 5-7 ਬੰਦੇ ਆ ਗਏ, ਆ ਕੇ ਸਾਨੂੰ ਵੀ ਹੋਇਆ ਲਵੀ ਆ ਗਏ,
ਸੂਫੀ ਸੀਗਾ, ਪੀਰ ਸੀਗਾ ਉਹ ਮੁਸਲਮਾਨ। ਮੈਂ ਕਿਹਾ ਸੂਫੀ ਸਾਹਿਬ ਆ ਕੇ ਕਹਿੰਦੇ ਹਾਂ ਮੈਂ ਕਿੱਧਰੋਂ ਆਇਆ ਹੁਣ ਤੂੰ? ਕਹਿੰਦਾ ਮੈਂ ਤੁਹਾਡੇ ਸਾਰੇ ਖੇਤ ਦੇਖ ਕੇ ਆਇਆ ਬਈ, ਬਿਜਾਈ ਵਢਾਈ ਤਾਂ ਕੱਲ੍ਹ ਤਾਂ ਸ਼ੁਰੂ ਹੋਣੀ ਚਾਹੀਦੀ ਹੈ, ਕਣਕ ਪੱਕ ਗਈ ਹੈ ਬਿਲਕੁਲ। ਮੈਂ 100 ਬੰਦਾ ਲੈ ਕੇ ਆਊਂਗਾ ਸਵੇਰੇ ਹੀ, ਹੁਣ ਮੈਂ ਮੁੜ ਜਾਂਦਾ। ਮੈਂ ਕਿਹਾ ਫੇਰ ਤਾਂ ਬਹੁਤ ਵਧੀਆ। ਮੈਂ ਅਸੀਂ ਕਰਿਆ, ਮੈਂ ਕਿਹਾ ਦੇਖ ਆਪਾਂ ਨੂੰ ਫੁਰਸਤ ਨਹੀਂ ਕੰਮ ਕਾਉਣ, ਕਿਹਨੇ ਇਹਨੂੰ ਕਿਹਨੇ ਕਹਿੰਦਾ ਵੀ 100 ਬੰਦਾ ਲੈ ਕੇ ਆ ਖੇਤ ਦੇਖਦੇ ਸਾਰੇ? ਇਹਦਾ ਮੈਂ ਇੱਕ ਮਿਸਾਲ ਦਿੱਤੀ ਹੈ, ਸਾਰਾ 12 ਸਾਲ ਮੈਂ ਖੇਤੀ ਕਰੀ ਹੈ, ਮੈਂ ਕਦੇ ਨਹੀਂ ਗਿਆ ਲੇਬਰਾਂ ਨੂੰ, ਜਾਂਦਾ ਹੀ ਨਹੀਂ ਸੀ, ਆਪੇ ਹੀ ਆਉਂਦੇ ਸੀ, ਫਿਰ ਆਉਂਦੇ ਸੀ, ਉਹ ਜਾਂਦੇ ਨਹੀਂ ਸੀ ਕਿਤੇ। ਜੇ ਕੋਈ ਲੇਬਰ ਲੈਣ ਆਉਂਦਾ ਹੈ ਉਹ ਬਾਬੂ ਜੀ ਕਹਿੰਦੇ ਹੁੰਦੇ, ਕਹਿੰਦੇ ਬਾਬੂ ਜੀ ਨੂੰ ਪੁੱਛ ਲਓ ਜੀ ਅਸੀਂ ਤਾਂ ਇਹਨਾਂ ਕੋਲ ਆਏ ਹੋਏ। ਉਹ ਸਾਰੇ ਕੰਮ ਆਟੋਮੈਟਿਕਲੀ ਵਾਹਿਗੁਰੂ ਕਰਦਾ, ਤੁਸੀਂ ਕਰਕੇ ਦੇਖੋ ਇੱਕ ਵਾਰੀ, ਵਾਹਿਗੁਰੂ ਵੱਲ ਲੱਗ ਕੇ ਦੇਖੋ, ਵੱਡੇ ਵੱਡੇ ਕੰਮ ਕਰਦਾ। ਨਾਮਦੇਵ ਜੀ ਦੀ ਮੈਂ ਗੱਲ ਕਰ ਰਿਹਾ, ਨਾਮਦੇਵ ਜੀ ਆਪ ਘਰ ਵਿੱਚ ਹਾਜ਼ਰ ਨਹੀਂ ਸੀ, ਘਰ ਨੂੰ ਅੱਗ ਲੱਗ ਗਈ, ਚੌਂਪੜੀ ਸੀ ਘਰ ਵਿਚਾਰਿਆਂ ਦੇ ਕਾਹਦੇ ਹੁੰਦੇ ਨੇ, ਉਹ ਅੱਗ ਲੱਗੀ, ਸਾਰਾ ਹੀ ਸਮਾਨ ਚੱਲ ਗਿਆ। ਥੋੜ੍ਹਾ ਬਹੁਤਾ ਜਿਹੜਾ ਕੱਢਿਆ ਸੀ, ਨਾਮਦੇਵ ਜੀ ਨੂੰ ਜਦ ਦੱਸਿਆ ਵੀ ਤੇਰੇ ਤਾਂ ਘਰ ਅੱਗ ਲੱਗੀ ਹੋਈ ਹੈ, ਤੂੰ ਇੱਥੇ ਬੈਠਾ। ਉਹ ਆਏ ਵਿਚਾਰੇ ਆ ਕੇ, ਹੁਣ ਬਿਰਤੀ ਫਰਕ ਹੈ ਬਿਰਤੀ ਦਾ, ਹੁਣ ਭਾਈ ਘਨੱਈਏ ਦੀ ਬਿਰਤੀ ਔਰ ਸਾਡੀ ਬਿਰਤੀ ਕਦੇ ਇਕੱਠੀ ਹੋ ਹੀ ਨਹੀਂ ਸਕਦੀ, ਸਾਨੂੰ ਦੁਸ਼ਮਣ ਦੁਸ਼ਮਣੇ ਲੱਗਣਾ। ਉਹਨੂੰ ਲੱਗਦਾ ਹੀ ਨਹੀਂ ਸੀ ਕੋਈ, ਕਹਿੰਦਾ ਵੀ ਇਹ ਤਾਂ ਮੇਰਾ ਗੁਰੂ ਦਸਵੇਂ ਪਾਤਸ਼ਾਹ। ਉਹਦੀ ਦ੍ਰਿਸ਼ਟੀ ਬਦਲ ਗਈ, ਸਾਡੀ ਦ੍ਰਿਸ਼ਟੀ ਹੋਰ ਹੈ। ਹੁਣ ਉਹ ਕੀ ਦੇਖਦਾ? ਅੱਗ ਤਾਂ ਦੇਖ ਨਹੀਂ ਰਿਹਾ, ਉਹ ਅੱਗ ਨੂੰ ਪਰਮੇਸ਼ਰ ਰੂਪ ਕਰਕੇ ਦੇਖ ਕੇ ਆ ਕੇ, ਜਿਹੜੇ ਮੰਜੇ ਵਗੈਰਾ ਕੱਢੇ ਸੀ, ਸਮਾਨ ਕੱਢਿਆ ਸੀ, ਚੱਕ ਕੇ ਵਿੱਚ ਸੁੱਟ ਕੇ ਕਹਿਣ ਲੱਗਿਆ, ਹੇ ਭਗਵਾਨ ਆਹ ਵੀ ਛੱਕ ਲਓ, ਕਿਤੇ ਭੁੱਖੇ ਨਾ ਰਹਿ ਜਾਓ, ਆਹ ਵੀ ਛੱਕ ਲਓ, ਆਹ ਵੀ ਛੱਕ ਲਓ, ਆਹ ਸਾਰਾ ਸਮਾਨ ਡਾਲ। ਹੁਣ ਲੋਕ ਇਹਨੂੰ ਕੀ ਕਹਿਣਗੇ? ਕਹਿਣਗੇ ਬੋਰਾ ਇਹ, ਇਹਦੀ ਅਕਲ ਨਹੀਂ ਟਿਕਾਣੀ ਹੈਗੀ। ਇਹ ਵੀ ਕਦੇ ਗੱਲ ਹੁੰਦੀ ਹੈ ਵੀ ਬੜੀ ਮੁਸ਼ਕਿਲ ਨਾਲ ਅੰਦਰੋਂ ਅੱਗ 'ਚੋਂ ਜਾ ਕੇ ਸਮਾਨ ਲਿਆਂਦਾ, ਆ ਕੇ ਸੁੱਟਣਾ ਸ਼ੁਰੂ ਕਰ। ਉਹਦੇ ਬਾਅਦ ਚੁੱਪ ਕਰਕੇ ਬੈਠ ਗਏ। ਜਦ ਸ਼ਾਮ ਪੈਣ ਲੱਗੀ ਤਾਂ ਉਹਨਾਂ ਦੇ ਨਾਨਾ ਜੀ ਕਹਿਣ ਲੱਗੇ ਕਿ ਬੇਟਾ ਹੁਣ ਤਾਂ ਕਰਦਾ ਗਿਆ ਜਲ, ਆਪਾਂ ਛੱਤ ਉੱਤੇ ਬਿਨਾਂ ਤਾਂ ਰਹਿ ਨਹੀਂ ਸਕਦੇ, ਜਾਂ ਤੂੰ ਸਮਾਨ ਲੈ ਕੇ ਆ, ਸਵੇਰੇ ਆਪਾਂ ਪਾ ਲਾਂਗੇ। ਨਾਮਦੇਵ ਜੀ ਆ ਸਮਾਨ ਲੈਣ ਜਾਂਦੇ ਨੇ, ਉੱਥੇ ਸਾਧੂ ਬੈਠੇ ਨੇ, ਜਾ ਕੇ ਨਮਸਕਾਰ ਕਰੀ, ਪੁੱਛਿਆ ਸਾਧੂ ਪੁੱਛਦੇ ਨੇ ਮਹਾਂਪੁਰਸ਼ ਬਈ ਭਾਈ ਪ੍ਰਸ਼ਾਦ ਪਾਣੀ ਦਾ ਕੋਈ ਬੰਦੋਬਸਤ, ਰਹਿਸ਼ ਦਾ ਬੰਦੋਬਸਤ ਹੋਇਆ ਕੋਈ? ਸਾਰਾ ਬੰਦੋਬਸਤ ਕਰਦੇ ਨੇ। ਉਹ ਜਿਹੜੇ ਪੈਸੇ ਦਿੱਤੇ ਸੀ ਉਹ ਉਹਨਾਂ ਨੂੰ ਦੇ ਤੇ ਵੀ ਤੁਸੀਂ ਆਹ ਰਾਸ਼ਨ ਲਿਆ ਕੇ ਛੱਕ ਲਓ। ਆਪ ਚੁੱਪ ਕਰਕੇ ਵੀ ਹੁਣ ਘਰ ਮੈਂ ਜਾਊਂਗਾ, ਉਹਨਾਂ ਨੇ ਪੁੱਛਣਾ ਵਾਰ ਵਾਰ ਕਣਦਾਉਣਗੇ ਵੀ ਪੈਸੇ ਕਿੱਥੇ ਦੇ ਆਇਆ। ਹੁਣ ਇੱਧਰਲੇ ਪਾਸੇ ਕੀ ਬਾਣਾ ਵਰਤਾ ਕਿ ਉਸੇ ਵੇਲੇ ਗੱਡੇ ਭਰੇ ਹੋਏ ਸਰਕੜੇ ਦੇ ਆ ਗਏ, ਸ਼ਤੀਰਾਂ ਦੇ ਆ ਗਏ, ਸਮਾਨ ਦੇ ਆ ਗਏ, ਦੇਖਦੇ ਦੇਖਦੇ ਛੱਪਰੀ ਫਸਟ ਕਲਾਸ ਬਣ ਦਿੱਤੀ। ਹੁਣ ਇਹ ਤਾਂ ਹੈਗਾ ਜੋ ਬਾਣੀ ਦੇ ਵਿੱਚ ਆਉਂਦਾ ਅਸੀਂ ਬੋਲਦੇ ਹਾਂ, ਜਿਹੜੇ ਸਾਡੇ ਵਿਦਵਾਨ ਪੁਰਸ਼ ਨੇ ਨਾ, ਪਤਾ ਨਹੀਂ ਇਹਨਾਂ ਨੂੰ ਸਿੰਘਾਂ ਦੇ ਵਿਦਵਾਨਾਂ ਨੂੰ ਕੀ ਹੋਇਆ, ਕਮ ਤਾਂ ਕਮਰੇਡ ਆ ਗਏ ਸਾਰੇ, ਉਹ ਮੰਨਦੇ ਹੀ ਨਹੀਂ, ਮੰਨਦੇ ਹੀ ਨਹੀਂ। ਜਿਹੜਾ ਹੈ ਨਾ ਸਰਦਾਰ, ਇਹ 3000 ਪ੍ਰੋਫੈਸਰਾਂ ਨੇ ਲਿਖਿਆ ਇਕੱਠੇ ਹੋ,
ਉਹਦੇ 'ਚ ਲਿਖਿਆ ਹੋਇਆ ਵੀ ਨਾਮਦੇਵ ਤਾਂ ਬਾਹਰ ਚਲੇ ਗਿਆ, ਇੱਕ ਸ਼ਾਹੂਕਾਰ ਨੂੰ ਤਰਸ ਆ ਗਿਆ, ਉਹਨੇ ਆਪਣੇ ਨੌਕਰ ਭੇਜ ਕੇ ਛੱਪਰੀ ਬਣਾ ਦੀ। ਉਹ ਭਾਵਨਾ ਜਿੱਥੇ ਸਾਡੀ ਟਿਕਣੀ ਹੈ ਵੀ ਵਾਹਿਗੁਰੂ ਕੰਮ ਕਰਦਾ, ਉੱਥੇ ਲਿਆ ਕੇ ਸ਼ਾਹੂਕਾਰ ਪੜਤਾ। ਮੈਂ ਦੱਸੋ ਇਹਨਾਂ ਦੇ ਹੱਥ ਅਸੀਂ ਪੜ੍ਹ ਕੇ ਕਿਸੇ ਕਿਨਾਰੇ ਜਾਵਾਂਗੇ? ਇਹ ਤਾਂ ਸੰਤਾਂ ਦਾ ਹੀ ਅਨੁਭਵ ਹੈ ਜਿਹਨਾਂ ਨੂੰ ਸਹੀ ਗੱਲ ਦਾ ਪਤਾ ਹੁੰਦਾ। ਉਹਨਾਂ ਦੇ ਮਨ 'ਚ ਬੇਵਿਸ਼ਵਾਸੀ ਹੋਣੀ, ਵਾਹਿਗੁਰੂ ਆਪ ਕੰਮ ਕਰਦਾ, ਇੱਕ ਦਾ ਨਹੀਂ ਕਰਿਆ ਹਰੇਕ ਦਾ ਕਰਿਆ। ਜੇ ਦਰੋਪਦੀ ਦੇ ਚੀਰ ਲੈਣ ਲੱਗੇ ਨੇ, ਉੱਥੇ ਕਿਹੜਾ ਸ਼ਾਹੂਕਾਰ ਆ ਗਿਆ ਸੀ ਵੀ ਕੱਪੜੇ ਫੜਾਈ ਗਿਆ ਆ ਕੇ ਫਟਾਫਟ, ਕੱਪੜ ਕੋਟ ਸਾਰਿਆਂ ਥੱਕੇ ਦੂਧ ਨਾ ਬਾਰ ਪਰਾਂ ਦੀ, ਹੱਥ ਮਰੋੜਨ ਸਿਰ ਧੋਣ ਪੱਛੋ ਤਾਨ ਕਰਨ ਜਾ ਜਾਂਦ, ਘਰ ਆਈ ਠਾਕਰ ਮੇਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਨਾਥਾਂ ਬਾਣ ਤੁਰਾਂ। ਜਿਹਦਾ ਕੋਈ ਨਾ ਹੋਵੇ ਉਹਦਾ ਵਾਹਿਗੁਰੂ ਹੋ ਜਾਂਦਾ। ਆ ਨਹੀਂ ਆ ਜਿਹੜਾ ਇਹ ਇਹਨਾਂ ਨੇ ਸਾਡੇ ਸੰਨੇਸ਼ਿਆਂ ਦੇ ਉੱਤੇ ਬਹੁਤ ਮਾੜੀਆਂ ਗੱਲਾਂ ਕਰੀਆਂ ਹੋਈਆਂ ਨੇ। ਹੁਣ ਜਿਹਨੇ ਉਹ ਹੱਥ ਪੜ੍ਹਨੇ ਨੇ, ਪਹਿਲਾਂ ਤਾਂ ਉਹਦੇ ਹੱਥਾਂ ਨੂੰ ਬਹੁਤ ਗਿਣਦੇ ਨੇ ਵੀ ਹਾਂਜੀ ਇਹ ਤਾਂ ਬੜੇ ਵਿਦਵਾਨਾਂ ਦਾ ਲਿਖਿਆ ਹੋਇਆ। ਉਹ ਜਦ ਪੜ੍ਹਦੇ ਆ ਸੀ ਕਿਹਾ ਵੀ ਤੁਹਾਡੀ ਵਿਦਵਤਾ ਹੀ ਸਾਨੂੰ ਕੀ ਕਰੀ, ਤੁਸੀਂ ਤਾਂ ਸਾਨੂੰ ਨਾਸਤਕ ਬਣਾ ਰਹੇ। ਉਹਦੇ ਵਿੱਚ ਸਾਫ਼ ਹੈ ਫਿਰ ਗਊ ਜਿਉਂਦੀ ਮਰੀ ਹੋਈ ਕਿਹਨੇ ਜਿਉਂਦੀ ਕਰਤੀ, ਉੱਥੇ ਵੀ ਕੋਈ ਆ ਗਿਆ ਹੋਣਾ ਤਾਂਤਰੀ ਲਿਖ ਦਿੰਦੇ। ਕਿੰਨੀਆਂ ਗੱਲਾਂ ਗਲਤ ਗਲਤ ਚੱਲ ਰਹੀਆਂ ਸਾਧ ਸੰਗਤ ਜੀ। ਨਿਸ਼ਚੇ ਦੇ ਵਿੱਚ ਸੱਟ ਮਾਰਨੀ, ਧੋਖਾ ਦੇਣਾ ਬਹੁਤ ਮਾੜੀ ਗੱਲ ਹੁੰਦੀ ਹੈ, ਨਰਕਾਂ ਜਾਂਦਾ ਉਹ ਬੰਦਾ ਜਿਹੜਾ ਇਹ ਗੱਲਾਂ ਕਰਦੇ। ਉਸ ਵੇਲੇ ਨਾਮਦੇਵ ਜੀ ਦੇ ਪਾਸ ਚਲੇ ਗਏ, ਕਹਿੰਦੇ ਨਾਮਦੇਵ ਤੈਂ ਮੇਰੇ ਪਿਆਰਿਆਂ ਦਾ ਕੰਮ ਕਰਿਆ, ਮੈਂ ਤੇਰਾ ਕੰਮ ਕਰਦਾ, ਜਾ ਘਰ ਛੱਪਰੀ ਬਣੀ ਹੋਈ ਹੈ ਚਲੇ ਜਾ। ਹੁਣ ਉੱਥੇ ਜਦ ਘਰ ਆਏ ਤਾਂ ਉਹਨਾਂ ਦੀ ਪੜੋਸ ਵਾਲੀ ਬੀਬੀ ਬੜੀ ਅਮੀਰ ਸੀ, ਉਹਨੂੰ ਪੁੱਛਣ ਲੱਗੀ ਨਾਮਦੇਵ ਛੱਪਰੀ ਹੈ, ਸਮਾਨ ਹੈ, ਕਮਾਲ ਕਰਦੀ, ਦੇਖਦੇ ਦੇਖਦੇ ਬਣਾ ਤੀ। ਕਹਿੰਦੇ ਇੰਨੀ ਫੁੱਤੀ ਨਾਲ ਤਾਂ ਕਦੇ ਹੁੰਦਾ ਦੇਖਿਆ ਹੀ ਨਹੀਂ ਹੈ, ਅਤੇ ਕਿੰਨੀ ਸੋਹਣੀ ਹੈ ਜਿਹਦਾ ਅੰਦਰ ਬਣਦੇ ਆ। ਕਹਿੰਦੀ ਪਤਾ ਨਹੀਂ ਕੀ ਹੁੰਦਾ, ਸਾਰੇ ਦੁੱਖ ਭੁੱਲ ਜਾਂਦੇ ਵੀ ਮੈਨੂੰ ਵੀ ਦੱਸ ਆ, ਮੇਰੇ ਥਾਂ ਪਿਆ, ਮੈਂ ਇੱਥੇ ਬਣਾ ਲੈਂਦੀ ਹਾਂ ਤੇਰੇ ਬਰਾਬਰੇ, ਮੈਨੂੰ ਐਂ ਦੱਸੋ ਬੇਡੀ ਕਿੱਥੇ ਰਹਿੰਦਾ, ਕਿੱਥੋਂ ਆਇਆ ਸੀ, ਕੌਣ ਸੀ? ਪਾੜ ਪੜੋਸਣ ਪੂਛ ਲੈ ਨਾਮਾ, ਕਾ ਪੈ ਛਾਨ ਛਬਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੇਕ ਮੋਕੋ ਬੇਡੀ ਦਿਓ ਬਤਾਏ। ਹੁਣ ਨਾਮਦੇਵ ਜੀ ਦੱਸਦੇ ਆ, ਕਹਿੰਦੇ ਬੀਬੀ ਭੈਣ ਉਹਦਾ ਮੈਂ ਕੀ ਦੱਸਾਂ ਤੈਨੂੰ। ਉਹ ਕਹਿੰਦੀ ਇਹਨਾਂ ਤਾਂ ਦੱਸਦੇ ਵੀ ਕਿੱਥੇ ਰਹਿੰਦਾ ਉਹ, ਵਾਪੇ ਤਲਾਸ਼ ਕਰ ਲੂੰ। ਉਸ ਵੇਲੇ ਨਾਮਦੇਵ ਜੀ ਉਸਨੂੰ ਇਸ ਤਰ੍ਹਾਂ ਫਰਮਾਉਂਦੇ ਨੇ, ਪੜੋ ਘੱਟ ਘੱਟ ਯੰਤਰ ਸਰਵ ਨਿਰੰਤਰ ਕੇਵਲ Thank you.
ਜਿਵੇਂ ਮਾਲਾ ਦੇ ਵਿੱਚ ਸੂਤ ਹੁੰਦਾ ਹੈ ਬਣਕਿਆਂ ਦੇ ਵਿੱਚ, ਐਂ ਵਾਹਿਗੁਰੂ ਸਾਰਿਆਂ ਦੇ ਅੰਦਰ ਵਸ ਰਿਹਾ। ਮਿਥਿਆ ਪਰਮਰ ਸੁਭਨ ਮਨੋਰਥ ਸਤ ਪਦਾਰਥ ਜਾਣਿਆ, ਸੁਕ੍ਰਿਤ ਮਨਸਾ ਗੁਰਉਪਦੇਸੀ ਜਾਗਤ ਹੀ ਮਨ ਮਾਨਿਆ। ਸਾਰੀ ਰਾਤ ਕਹੀ ਗਏ ਹਨੇਰੇ ਵਿੱਚ ਰੱਸੇ ਨੂੰ ਦੇਖ ਕੇ ਵੀ ਸੱਪ ਪਿਆ, ਪਰ ਜਦ ਜਾਗ ਪਏ ਰੋਸ਼ਨੀ ਹੋ ਗਈ ਫਿਰ ਪਤਾ ਲੱਗਿਆ ਵੀ ਇਹ ਤਾਂ ਰੱਸੀ ਹੋ ਪਈ ਸੀ। ਕਹਿੰਦੇ ਐਂ ਭਰਮ ਪਿਆ ਹੈ ਸੰਸਾਰ ਨੂੰ, ਕੈਦ ਨਾਮ ਦਿਓ ਹਰ ਕੀ ਰਚਨਾ, ਦੇਖੋ ਇਹਦੇ ਵਿਚਾਰੀ ਘੱਟ ਘੱਟ ਅੰਤਰ ਸਰਵ ਨਿਰੰਤਰ ਕੇਵਲ ਏਕ ਮਰੇ। ਕਹਿੰਦੇ ਭੈਣ ਮੈਂ ਕਿੱਥੇ ਦੱਸਾਂ ਵੀ ਜਿੱਥੇ ਤੂੰ ਮੈਨੂੰ ਇਹ ਪੁੱਛ ਵੀ ਉਹ ਕਿੱਥੇ ਨਹੀਂ ਹੈ ਬੇਟੀ, ਫਿਰ ਤਾਂ ਮੈਂ ਕਹਿੰਦਾ ਵੀ ਕੋਈ ਥਾਂ ਨਹੀਂ ਹੈ ਜਿੱਥੇ ਉਹ ਨਹੀਂ, ਉਹ ਤਾਂ ਹਰ ਥਾਂ ਦੇ ਉੱਤੇ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਪਿਆ ਪਰਿਆ ਭਗਵੰਤ, ਤਰਨ ਮਾਏ ਆਕਾਸ਼ ਪਿਆਲ ਸਰਵ ਰੋਗ ਪੂਰਨ ਪ੍ਰਤਪਾਲ, ਬਣ ਤਿਣ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬਸੰਤਰ ਮਾਏ, ਚਾਰ ਕੁੰਟ ਦਹਿ ਦਿਸ਼ੇ ਸਮਾਏ, ਤਿਸਤੇ ਭਿੰਨ ਨਾਹੀਂ ਕੋ ਥਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਦੇਖ ਬੇਟੀ ਰਹੇ ਉਹ ਸਮਾਈ ਰੀ ਵਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਹੇ ਉਹ ਸਮਾਈ ਉਹਨੂੰ ਮਿਲਣਾ। ਕਹਿੰਦੇ ਕੀ ਮਜ਼ੂਰੀ ਮੰਗਦਾ, ਮਜ਼ੂਰੀ ਕਹਿੰਦੇ ਰੁਪਈਏ ਪੈਸੇ ਨਹੀਂ ਮੰਗਦਾ, ਕਰਮ ਕਾਂਡ ਦੀ ਮਜ਼ੂਰੀ ਨਹੀਂ ਮੰਗਦਾ, ਫੋਕੇ ਪਖੰਡ ਦੀ ਭੇਖਾਂ ਦੀ ਮਜ਼ੂਰੀ ਨਹੀਂ ਉਹ ਮੰਗਦਾ, ਇਹਨਾਂ ਚੀਜ਼ਾਂ ਨਾਲ ਉਹ ਪ੍ਰਸੰਨ ਨਹੀਂ ਹੁੰਦਾ, ਉਹ ਸੱਚੇ ਪਿਆਰ ਦੀ ਮਜ਼ਦੂਰੀ ਮੰਗਦਾ। ਐਂ ਪੜ੍ਹ ਲਓ, ਮੰਗਦਾ ਹੈ ਬੇਟੀ ਪ੍ਰੀਤ Thank you.
ਬੇਟੀ ਦੇ ਨਾ ਜਾਈ, ਦੇਖ ਬੇਟੀ ਰਹੋ ਸੁਮਾਏ, ਬੇਟੀ ਪ੍ਰੀਤ ਮਜ਼ੂਰੀ ਮੰਗੇ ਜੇ ਕੋ ਸ਼ਾਨ ਸੁਭਾਵ, ਚਾਹੇ ਤੂੰ ਛੱਪਰੀ ਬਣਾ ਲੈ, ਜਿਹੜਾ ਕੁਛ ਤੇਰਾ ਜੀ ਕਰਦਾ ਉਹ ਪਿਆਰ ਦੀ ਮਜ਼ੂਰੀ ਮੰਗਦਾ। ਜਾਣਦੀ ਹੈ ਭੈਣ ਪਿਆਰ ਕੀ ਹੁੰਦਾ? ਕਈ ਪਿਆਰ ਕਰਦੇ ਹਾਂ ਅਸੀਂ ਬੱਚਿਆਂ ਨੂੰ, ਸਾਨੂੰ ਰੋਜ਼ ਦਾ ਹੀ ਪਤਾ, ਕਹਿੰਦੇ ਇਹ ਨਹੀਂ ਪਿਆਰ ਆਉਂਦਾ, ਇਹ ਗਰਜਾ ਆਪਣੀ। ਹਰ ਬੰਦਾ ਇੱਕ ਦੂਜੇ ਨੂੰ ਗੱਜ ਦੇ ਨਾਲ ਨੇੜੇ ਲੱਗਦਾ, ਗੱਜ ਦੇ ਨਾਲ ਪਿਆਰ ਕਰਦਾ। ਪਿਆਰ ਨਹੀਂ ਹੁੰਦਾ, ਪਿਆਰ ਤਾਂ ਚੀਜ਼ ਹੋਰ ਹੈ। ਪਿਆਰ ਉਹ ਚੀਜ਼ ਹੈ ਜਿਹੜਾ ਜਿਹਦੇ ਬਗੈਰ ਫਿਰ ਆਦਮੀ ਜਿਉਂਦਾ ਨਾ ਰਹਿ ਸਕੇ। ਉਹਦੀਆਂ ਮਿਸਾਲਾਂ ਦਿੱਤੀਆਂ ਮਹਾਰਾਜ ਨੇ। ਜੋ ਮਛਲੀ ਬਿਲ ਪਾਣੀ ਰਹੇਗਾ, ਹਰ ਵਕਤ ਯਾਦ ਵਿੱਚ ਰਹੇਗਾ, ਰਹਿੰਦਾ ਨਾ। ਪਿਆਰ ਦੀ ਨਿਸ਼ਾਨੀ ਕੀ ਹੁੰਦੀ ਹੈ? ਖਿੱਚ ਹੁੰਦੀ ਹੈ। ਜਿਹਨੇ ਜਿਹਦੇ ਹਿਰਦੇ 'ਚ ਖਿੱਚ ਹੈ, ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਲੈਣਾ ਕਿ ਨੀਂਦ ਦਿਨੇ ਰਾਤ ਪਏ ਬਹਿਣ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ, ਜਿਹਨਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤਰੇ ਨੇ। ਸੋ ਵਾਹਿਗੁਰੂ ਤਾਂ ਪਿਆਰ ਨਾਲ ਭਿੱਜਦਾ, ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਜਿਹਨੀ ਭਰਾਪਾ। ਇਹਦੇ 'ਚ ਕਿਹੜੀ ਗੱਲ ਔਖੀ ਹੈ? ਉਹ ਜੇ ਪਿਆਰ ਨਹੀਂ ਹੈ, ਜਿਹੜਾ ਕੁਛ ਤੇਰਾ ਜੀ ਕਰਦਾ ਕਰ ਲੈ, ਜਿੰਨੀਆਂ ਬਾਣੀਆਂ ਪੜ੍ਹਨੀਆਂ ਪੜ੍ਹੀ ਜਾ, ਜਿੰਨੇ ਤੀਰਥ ਕਰਨੇ ਆ ਕਰੀ ਜਾ। ਜੇ ਪਿਆਰ ਦੀ ਖਿੱਚ ਪੈਦਾ ਨਹੀਂ ਹੋਈ ਹੈ, ਦੇਖਿਆ ਹੀ ਨਹੀਂ ਪਿਆਰ ਕੀ ਹੈ, ਕਹਿੰਦੇ ਫਿਰ ਤਾਂ ਮੇਲ ਹੁੰਦਾ ਨਹੀਂ,
ਸ਼੍ਰੀ ਰਾਮ ਚੰਦਰ ਜੀ ਜਦੋਂ ਬਨਵਾਸ ਕੱਟ ਰਹੇ ਸੀ ਉਸ ਵੇਲੇ ਸੀਤਾ ਨੂੰ ਲੈ ਗਿਆ, ਰਾਵਣ ਪਤਾ ਨਹੀਂ ਸੀ ਲੱਗ ਰਿਹਾ, ਹਨੂੰਮਾਨ ਨੂੰ ਭੇਜਿਆ, ਜਾ ਕੇ ਉਹਨੇ ਟੋਲ ਲਿਆ। ਜਦ ਵਾਪਸ ਆਇਆ ਤਾਂ ਉਹਨਾਂ ਨੇ ਕਿਹਾ, ਸੁਣੋ ਹਨੂੰਮਾਨ ਕਹਿਓ ਰਘਵੀਰ, ਓ ਹਨੂੰਮਾਨ ਕਹਿਓ ਰਘਵੀਰ, ਕਿਛ ਸੁੱਧ ਹੈ ਸੀ ਕੀ ਸਿਤਮਾ ਹੈ ਵੀ ਉਹਦਾ ਕੁਛ ਪਤਾ ਲੱਗਿਆ ਤੈਨੂੰ ਇਹ ਤਾਂ ਧਰਤੀ ਦੇ ਉੱਤੇ? ਜਵਾਬ ਦਿੱਤਾ, ਹੈ ਲੰਘ ਕਲੰਕ ਬਿਨਾ, ਬਸ ਹੈ ਰਾਵਣ ਬਾਗ ਕੇ ਤਰਵਾ। ਮਹਾਰਾਜ ਅਜੇ ਤੱਕ ਕਲੰਕ ਤੋਂ ਰਹਿਤ ਹੈ, ਰਾਵਣ ਦੇ ਬਾਗ ਵਿੱਚ ਇੱਕ ਦਰਖਤ ਦੇ ਥੱਲੇ ਡੇਰਾ ਲਾ ਕੇ ਰਹਿ ਰਹੀ ਹੈ, ਉੱਥੇ ਜੀਵਤ ਹੈ। ਕਿਉਂਕਿ ਰਾਮਚੰਦਰ ਜੀ ਦਾ ਪਿਆਰ ਸੀ, ਉਹਨਾਂ ਨੇ ਕਿਹਾ ਵੀ ਮੇਰੇ ਵਿਛੜਨ ਨਾਲ ਉਹਨੇ ਜਿਉਂਦਾ ਨਹੀਂ ਰਹਿ ਸਕਣਾ। ਸਵਾਲ ਕਰਤਾ ਵੀ ਜੀਵਤ ਹੈ, ਕਿਉਂਕਿ ਅਧਿਆਤਮ ਮਾਰਗ ਦੇ ਵਿੱਚ ਜਦੋਂ ਪਿਆਰ ਵੱਧ ਜਾਂਦਾ ਨਾ, ਉਸ ਵੇਲੇ ਐਸੀ ਅਵਸਥਾ ਹੁੰਦੀ ਹੈ, ਆਖਾਂ ਜੀਵਾਂ ਵਿਸਰੇ ਮਰ ਹੋ ਜਾਂਦੀ। ਸੋ ਰਾਮਚੰਦਰ ਜੀ ਕਹਿਣ ਲੱਗੇ, ਹਨੂੰਮਾਨ ਇੱਕ ਗੱਲ ਦੱਸ, ਜੀਵਤ ਹੈ? ਉਹਦਾ ਤਾਂ ਮੇਰੇ ਨਾਲ ਇੰਨਾ ਪਿਆਰ ਸੀ, ਉਹਦਾ ਜਿਉਂਦੇ ਨਹੀਂ ਸੀ ਰਹਿ ਸਕਣਾ ਉਹਨੇ। ਜਵਾਬ ਦਿੰਦਾ, ਕਹਿਵੇ ਕੋਹੀ ਨਾਥ,
ਕਹਿ ਸਕਦੇ ਹਾਂ ਵੀ ਜਿਉਂਦੀ ਹੈ ਪਰ ਉਹ ਜਿਉਂਦੀ ਨਹੀਂ ਹੈ। ਸੋ ਮਰ ਕੇ ਉਹਨਾਂ ਗਈ ਹਮਰੇ ਵਿਸਰਾਈ, ਸਾਤੋਂ ਵਿਛੜ ਕੇ ਉਹ ਜਿਉਂਦੀ ਕਿਵੇਂ ਰਹਿ ਗਈ, ਮਰ ਕੇ ਉਹਨਾਂ ਗਈ। ਕਹਿਣ ਲੱਗੇ ਮਹਾਰਾਜ ਪ੍ਰਾਣ ਵਸੇ ਪਦ ਪੰਕਜ ਮੈਂ, ਉਹਦੇ ਪ੍ਰਾਣ ਤਾਂ ਤੁਹਾਡੇ ਚਰਨਾਂ 'ਚ ਵਸਦੇ ਨੇ, ਜਬ ਆਵਤ ਹੈ ਪਰ ਪਾਵਤ ਨਹੀਂ, ਜਬ ਨੂੰ ਪ੍ਰਾਣ ਲੱਭਦੇ ਨਹੀਂ ਹੈ ਉਹ ਤੁਹਾਡੇ ਚਰਨਾਂ 'ਚ ਵਸਦੇ ਨੇ, ਇਸ ਕਰਕੇ ਜਮਦੂਤ ਨੂੰ ਲੱਭੇ ਨਹੀਂ ਪ੍ਰਾਣ ਹੱਥ। ਸੋ ਪਿਆਰ ਜਿਹੜਾ ਹੈ ਪਰਮੇਸ਼ੁਰ ਦੇ ਨਾਲ ਸਾਧ ਸਿੰਘ ਜੀ, ਪਿਆਰ ਵਾਲਾ ਜਿਉਂਦਾ ਨਹੀਂ ਹੈ। ਕਬੀਰ ਬਿਰੋ ਭਿੰਗਮ ਮਨ ਵਸੇ, ਮੰਤ ਨਾ ਮਾਨੇ ਕੋਈ, ਰਾਮ ਯੋਗੀ ਨਾ ਜੀਏ, ਜੀਏ ਤਾਂ ਬੋਰਾ। ਕਹਿਣ ਲੱਗੇ ਭੈਣ ਇੰਨਾ ਪਿਆਰ ਜੇ ਤੇਰੇ ਕੋਲ ਹੈਗਾ ਤੇ ਤਾਂ ਫਿਰ ਆਜੂਗਾ, ਉਹ ਹੋਰ ਮਜ਼ਦੂਰੀ ਨਹੀਂ ਮੰਗਦਾ ਹੈਗਾ, ਵੀ ਪੈਸੇ ਠੱਗਿਆ ਨਹੀਂ ਮੰਗਦਾ, ਉਹ ਭਿੱਜਦਾ ਹੀ ਪਿਆਰ 'ਤੇ ਹੈ। ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਡੀ ਆਵੈ, ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਡੀ ਆਵੈ, ਸਾਰੇ ਦਿਨ ਜਦ ਰੱਬ ਦਾ ਪਿਆਰ ਪਿਆਰਾ ਹੋ ਗਿਆ, ਉਹ ਸਾਰੀ ਦੁਨੀਆਂ ਨੂੰ ਪਿਆਰ ਕਰਦਾ, ਸਾਰੀ ਦੁਨੀਆਂ ਦੀ ਸੇਵਾ ਕਰਦਾ, ਕਿਉਂ ਉਹਨੂੰ ਪਤਾ ਵੀ ਪਰਮੇਸ਼ਰ ਮੇਰਾ ਘੱਟ ਘੱਟ ਦੇ ਵਿੱਚ ਪਿਆ। ਦੂਸਰੀ ਬਾਤ ਆ, ਜਿਹੜਾ ਪਿਆਰ ਕਰਦਾ ਹੈ ਉਹ ਫਿਰ ਉਹਦੀ ਰਜ਼ਾ 'ਚ ਰਾਜ਼ੀ ਰਹਿੰਦਾ ਪਿਆਰੇ ਦੀ,
ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਜਦੋਂ ਪਿਆਰ ਬਣ ਗਿਆ ਨਾ ਪਰਮੇਸ਼ੁਰ ਨਾਲ, ਫਿਰ ਉਲਾਂਭੇ ਮੁੱਕ ਜਾਂਦੇ ਨੇ ਸਾਹ ਜੀ। ਸਦਨੇ ਨੇ ਉਲਾਂਭਾ ਦਿੱਤਾ ਸੀ, ਆਵਾਜ਼ ਆਈ, ਆਕਾਸ਼ਬਾਣੀ ਆਈ, ਕਹਿੰਦੇ ਸਦਨੇ ਆ ਪਿਆਰ ਦੀ ਬਾਤ ਕਰ ਰਹੇ ਹਾਂ ਕਿ ਸ਼ਰੀਕਾ ਮੰਗਣ ਉਲਾਂਭੇ ਦੇਣ ਲੱਗ ਗਿਆ। ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਵ ਨਾਵੈ, ਪ੍ਰਾਣ ਜੇ ਥਾਕੇ ਥਿਰ ਨਹੀਂ ਕਹੁ ਕਾਹੇ ਬਨਵਾਵੋ, ਬੂਟ ਮੂਏ ਨੌਕਾ ਮਿਲੇ ਕਹੁ ਕਾਹੇ ਚੜਾਵੋ, ਜੇ ਮਰ ਕੇ ਡੁੱਬ ਕੇ ਫਿਰ ਤੂੰ ਕਿਸ਼ਤੀ ਲਈ ਪੈ ਫਿਰੇਗਾ ਕਿਹਨੂੰ ਚੜਾਏਗਾ। ਇੱਕ ਬੂੰਦ ਦੇ ਵਾਸਤੇ ਚਾਤਰਕ ਦੁੱਖ ਪਾਉਂਦਾ, ਉਹਦੇ ਬਾਅਦ ਉਹਨੂੰ ਸਮੁੰਦਰ ਮਿਲ ਜੇ ਦੱਸ ਕੀ ਕਰੂਗਾ। ਆਵਾਜ਼ ਆਈ ਕਹਿਣ ਲੱਗੇ ਸਦਨੇ ਆ, ਅਜੇ ਤੈਨੂੰ ਪਿਆਰ ਦਾ ਨਹੀਂ ਪਤਾ ਲੱਗਿਆ, ਭਗਤ ਮੇਰਾ ਜ਼ਰੂਰ ਹੈ, ਉਹ ਸਮਝ ਆ ਗਈ ਵੀ ਮੈਂ ਤਾਂ ਉੱਕ ਗਿਆ, ਉਹ ਮੇਰਾ ਪਿਆਰਾ ਜੋ ਕੁਛ ਕਰਦਾ ਮੈਨੂੰ ਪਾਉਂਦਾ ਹੈ ਉਹੀ। ਹਰ ਮਰੀਜ਼ਾਂ ਦਾ ਕਹਿਣਾ
ਕਰੇ ਸੋ ਮੇਰੇ ਹਰ ਪ੍ਰਭ ਪਾਏ, ਮੇਰੇ ਪ੍ਰਭ ਨੂੰ ਪਾਉਂਦਾ ਹੀ ਇੰਨਾ ਫਿਰ ਖੁਸ਼ੀ ਹੁੰਦੀ ਹੈ। ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵਿੱਚ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਰਵਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਸੋ ਪਿਆਰੇ ਦਾ ਪਾਉਂਦਾ, ਪੁੰਜੇ ਪਏ ਨੇ, ਗਿੱਲਾ ਥਾਂ ਹੈ, ਕਈ ਦਿਨ ਦੀ ਬਾਰਿਸ਼ ਹੋ ਕੇ ਹਟੀ ਹੈ, ਕੋਈ ਪ੍ਰੋਟੈਕਸ਼ਨ ਨਹੀਂ ਹੈ, ਕੋਈ ਪਤਾ ਨਹੀਂ ਹੈ, ਸਭ ਕੁਛ ਸਮਰੱਥ ਹੁੰਦੇ ਹੋਏ, ਸਭ ਕੁਛ ਪੈਦਾ ਕਰ ਸਕਣ ਦੀ ਤਾਕਤ ਰੱਖਦੇ ਹੋਏ ਪਰਮੇਸ਼ਰ ਦੀ ਮਰਜ਼ੀ ਦੇ ਵਿੱਚ ਪਏ। ਜਾਏ ਪੁੱਛੋ ਸੁਹਾਗਣੀ ਬਾਹੇ ਕਿੰਨੀ ਬਾਤੀ ਸੌ ਪਾਏ, ਜੋ ਕੁਛ ਕਰੇ ਸੋ ਭਰਾ ਕਰਮਾਨੀ, ਹਿਕਮਤ ਹੁਕਮ ਚਕਾਈ। ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਪੈਂਦਾ, ਕਿਵ ਸੁਚਿਆਰਾ ਹੋਵੇ, ਕਿਵ ਕੂੜਾ ਟੁੱਟਾ ਪਾਲ, ਹੁਕਮ ਰਜ਼ਾਈ ਚੱਲਣਾ ਨਾ ਲਿਖਿਆ। ਕਹਿੰਦੇ ਭੈਣ ਪਿਆਰ ਐਂ ਨਹੀਂ ਹੁੰਦਾ, ਆਪਣੀ ਗੱਦ ਦੇ ਵਾਸਤੇ ਪਿਆਰ, ਪਿਆਰੇ ਦੀ ਮਰਜ਼ੀ ਦੇ ਵਿੱਚ ਸੁਰ ਰਾਣੀ ਪਿਆਰ ਹੋਇਆ ਕਰ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ, ਹੇ ਵਾਹਿਗੁਰੂ ਤੈਂ ਮਾਨਤ ਦਿੱਤੀ ਸੀ, ਕੁਝ ਦੇਰ ਜੀ ਪਰਚਿਆ, ਤੇਰੇ ਦਿੱਤੇ ਹੋਏ ਤੇਰੇ ਕੋਲ ਵਾਪਸ ਪਹੁੰਚ ਕੇ ਸ਼ੁਕਰ ਕਰਦਾ ਮੈਂ, ਸ਼ੁਕਰ ਕਰ। ਕਿੰਨੀ ਉੱਚੀ ਮਿਸਾਲ ਹੈ। ਸੋ ਪਿਆਰ ਐਂ ਨਹੀਂ ਹੁੰਦਾ, ਪਿਆਰ ਤਾਂ ਖਿੱਚ ਹੁੰਦੀ ਹੈ, ਪਿਆਰੇ ਦੇ ਵਾਸਤੇ ਆਪ ਕੁਰਬਾਨ ਹੋ ਜਾਂਦਾ, ਉਹ ਦੂਏ ਦੇ ਨਹੀਂ ਰਿਸਪੋਂਸ ਕਰਦਾ। ਐਂ ਪੜ੍ਹ ਲਓ, ਚੰਦ ਚਕੋਰ ਭਰੀਦਾ
ਪਾਣੀ ਅਤੇ ਦੁੱਧ ਦਾ ਮਹਾਰਾਜ ਕਹਿੰਦੇ ਪਿਆਰ ਐਸਾ ਹੈ, ਜਦੋਂ ਅੱਗ ਚੱਲਦੀ ਹੈ ਦੁੱਧ ਨੂੰ ਨਹੀਂ ਉਹ ਜਿੰਨਾ ਚਿਰ ਪਾਣੀ ਹੈ ਵਿੱਚ ਉਬਲ ਨਹੀਂ ਦਿੰਦਾ, ਖਾ ਨਹੀਂ ਦਿੰਦਾ, ਆਪ ਜਲ ਜਾਂਦਾ ਜਦੋਂ ਉਹਦੇ ਬਾਅਦ ਦੁੱਧ ਨੂੰ ਆ ਚਾਹੁੰਦੀ ਹੈ, ਨਹੀਂ ਪਹਿਲਾਂ ਨਹੀਂ ਆਉਣ ਦਿੰਦਾ। ਕਹਿੰਦੇ ਐਸਾ ਪਿਆਰ ਕਰ ਫਿਰ ਤੇਰਾ ਪਿਆਰ ਪ੍ਰਭੂ ਨੂੰ ਪਾ ਜਾਏਗਾ, ਫਿਰ ਤੇਰੇ ਸਾਰੇ ਕੰਮ ਕਰਦਾ ਫਿਰੇਗਾ, ਤੈਨੂੰ ਉਹਨੇ ਕੋਈ ਕੰਮ ਨਹੀਂ ਕਰਨ ਦੇਣਾ, ਆਪ ਹੀ ਕਰੇਗਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਭੈਣ ਜੀ ਬੇਟੀ ਪ੍ਰੀਤ ਮਜ਼ਦੂਰੀ ਵੰਗ ਹੈ, ਜੇ ਕੁਛ ਹਨ ਸੁਭਾਵ ਹੈ, ਲੋਕ ਕਟੰਬ ਸਭੂ 'ਤੇ ਤੋੜੇ ਤੋ ਆਪਣੇ ਬੇਟੀ ਆਵੇ, ਪਿਆਰ ਵਿੱਚ ਕੋਈ ਲਾਂਭਾ ਨਹੀਂ ਹੋਇਆ ਕਰਦਾ, ਜਿਹਦੇ ਨਾਲ ਪਿਆਰ ਕਰ ਲਿਆ ਉਹਦੇ ਉੱਤੇ ਕੁਰਬਾਨ ਹੋਣਾ ਹੀ ਹੁੰਦਾ, ਲਾਂਭੇ ਨਹੀਂ ਉਹਦੇ 'ਚ ਹੁੰਦਾ, ਮੈਂ ਕਰਿਆ ਤੂੰ ਐਂ ਕਰਿਆ, ਮੈਂ ਐਂ ਕਰਿਆ ਤੂੰ ਐਂ ਕਰਿਆ, ਪਿਆਰ ਨਹੀਂ ਹੁੰਦਾ, ਐਵੇਂ ਹੁੰਦੀਆਂ ਕੱਚੀਆਂ ਗੱਲਾਂ। ਪਿਆਰ ਤਾਂ ਕੁਰਬਾਨ ਹੋਣ ਦਾ ਨਾਂ ਹੈ। ਮਹਾਰਾਜ ਕਹਿੰਦੇ ਸਾਰਿਆਂ ਨਾਲ ਵੱਡੀ ਭਗਤੀ ਇਹੀ ਹੈ, ਪ੍ਰੇਮਾ ਭਗਤੀ, ਸੱਚ ਕਹੋ ਸੁਣ ਲਿਓ ਸਵਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ। ਸਾਡਾ ਪਿਆਰ ਖਿੰਡਿਆ ਪਿਆ, ਰੱਬ ਵੱਲ ਤਾਂ ਆਉਂਦਾ ਹੀ ਨਹੀਂ, ਰੱਬ ਤੋਂ ਤਾਂ ਅਸੀਂ ਮੰਗਦੇ ਹਾਂ, ਉਹ ਰੱਬ ਇੰਨਾ ਦਿਆਲੂ ਹੈ ਜੋ ਮੰਗੇ ਠਾਕਰ ਆਪਣੇ ਤਾਂ ਸੋਈ ਸੋਈ ਦੇ, ਆਸਤਕ ਮੰਗੀ ਜਾਵੇ ਨਾਸਤਕ ਮੰਗੀ ਜਾਵੇ, ਇੰਨਾ ਭੋਲਾ ਹੈ ਦੇਖਦਾ ਹੀ ਨਹੀਂ ਵੀ ਇਹ ਤਾਂ ਮੇਰਾ ਨਾਮ ਨਹੀਂ ਕਦੇ ਲੈਂਦਾ, ਆ ਜਾ ਕੇ ਖੜ ਗਿਆ ਇੱਥੇ ਉਸੇ ਵੇਲੇ ਉਹਨੂੰ ਦੇ ਦਿੰਦਾ। ਸੋ ਐਸਾ ਜੋ ਪਰਮੇਸ਼ਰ ਹੈ ਉਹ ਹਾਜ਼ਰ ਨਾਜ਼ਰ ਸਭ ਦੇ ਨਾਲ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਅਸੀਂ ਕਹਿ ਦਈਏ ਵੀ ਇੱਥੇ ਨਹੀਂ ਰੱਬ ਹੈ, ਉਹ ਧਿਆਨ ਇਹ ਦੇਣਾ ਉਹਦੇ ਵੱਲ, ਧਿਆਨ ਦੇਣ ਵਾਸਤੇ ਸਾਨੂੰ ਵਾਹਿਗੁਰੂ 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 ਕਰਕੇ ਗੱਲ ਪਕਾਉਣੀ ਪੈਣੀ ਹੈ, ਨਹੀਂ ਭੁੱਲ ਜਾਂਦੇ। ਸੋ ਇਸ ਤਰ੍ਹਾਂ ਜਦੋਂ ਪਿਆਰ ਲੱਗ ਜਾਂਦਾ ਫਿਰ ਕਹਿੰਦੇ ਛੱਪਰ ਕੀ ਜੋ ਕਹੇਗੀ ਸਾਰਾ ਕੁਛ ਉਹ ਆਪੇ ਹੀ ਕਰਦਾ ਫਿਰਦਾ। ਸੋ ਐਸਾ ਪ੍ਰਭੂ ਹੈ, ਐਸੋ ਬੇਟੀ ਵਰਨਾ ਸਾਕੋ ਸਭ ਅੰਤਰ ਸਭ ਠਾਈ ਹੋ, ਗੂੰਗੇ ਮਹਾਂ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਣ ਨਾ ਜਾਈ ਹੋ। ਬੇਟੀ ਕੇ ਗੁਣ ਸੁਣ ਰਹੀ ਬਾਈ, ਜਲਦ ਬਾਂਹ ਤਰੂੰ ਥਾਪਿਓ, ਨਾਮੇ ਕੇ ਸਵਾਮੀ ਸੀਬ ਹੋਰੀ ਲੰਕ ਭਵਿੱਖ ਨਾ ਪਿਓ। ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਪਿਆਰ ਵਿੱਚ ਲੱਗੇ ਹੋਏ ਨਾਮ ਦੇ ਮਹਾਰਾਜ ਕਹਿੰਦੇ ਪਿਆਰਿਓ, ਗੋਬਿੰਦ 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 ਸੰਗ ਮਨ ਲੀਣਾ ਲੀਣ ਹੋ ਗਿਆ, ਨਹੀਂ ਹੋਰ ਕੋਈ ਖਿਆਲ ਆਉਂਦਾ, ਲੀਨ ਹੋ ਗਿਆ। ਉਹ ਹੋਇਆ ਕਿ ਰਿਜ਼ਲਟ ਕੀ ਹੋਇਆ, ਆੜ ਦਾਮ ਕੋ ਛੀਪਰੋ ਹੋਇਓ ਲਾਖੀ, ਅੱਡੀ ਦਮੀ ਦਾ ਕਿੰਨੇ ਕੰਮ ਕਦੇ ਆ ਕੇ ਮਰੀ ਹੋਈ ਗਊ ਜੀ ਆਉਂਦੇ ਨੇ, 72 ਵਾਰੀ ਨਾਮਦੇਵ ਜੀ ਨੂੰ ਦਰਸ਼ਨ ਹੋਏ ਸਾਕਾਰ ਪ੍ਰਭੂ ਦੇ, ਜਿਸ ਵਾਸਤੇ ਦੇਵਰਾ ਫੇਰਿਆ ਨਾਮਦੇਵ ਜੀ ਦੇ ਮਨ ਵਿੱਚ ਥੋੜ੍ਹਾ ਜਿਹਾ ਅਹੰ ਦੇ ਅਨਸਾਰ
ਕਹਿਣ ਲੱਗੇ ਮੈਨੂੰ ਵਾਹਿਗੁਰੂ ਜੀ ਪਿਆਰ ਕਰਦੇ ਨੇ ਅਤੇ ਹੋ ਸਕਦਾ ਮੈਂ ਸਾਰਿਆਂ ਤੋਂ ਪਿਆਰਾ ਹੋਵਾਂ, ਜਦ ਵੀ ਮੈਂ ਕਹਿਣਾ ਜਦੇ ਆ ਜਾਂਦੇ ਨੇ। ਰਵਿਦਾਸ ਜੀ ਦੇ ਕਹੇ 'ਤੇ ਨਹੀਂ ਆਉਂਦੇ, ਕਬੀਰ ਸਾਹਿਬ ਦੇ ਕਹੇ 'ਤੇ ਨਹੀਂ ਆਉਂਦੇ। ਇੱਕ ਵਾਰੀ ਸਾਰੇ ਸਾਧੂ ਬੈਠੇ ਸੀ, ਗਿਆਨੇਸ਼ਵਰ ਜੀ ਸਾਰਿਆਂ ਦੇ ਸਿਰ ਠੋਲੇ ਮਾਰਨ ਲੱਗ ਗਏ, ਆਹ ਪੱਕਾ ਆਹ ਪੱਕਾ ਆਹ ਪੱਕਾ ਆਹ ਪੱਕਾ। ਜਦ ਨਾਮਦੇਵ ਦੀ ਵਾਰੀ ਆਈ, ਇਕੱਠੇ ਜਾ ਰਹੇ ਸੀਗੇ ਸਾਰੇ ਯਾਤਰਾ, ਉਹ ਜਦ ਨਾਮਦੇਵ ਦੀ ਵਾਰੀ ਆਈ ਕਹਿੰਦੇ ਕੱਚਾ, ਬੜਾ ਹੈਰਾਨ ਹੋਇਆ ਵੀ ਇਹ ਥੋੜ੍ਹੀ ਦੇਰ ਪਹਿਲਾਂ ਰਾਜਸਥਾਨ ਦੀ ਗੱਲ ਹੈ, ਇਹ ਪਾਣੀ ਨਹੀਂ ਸੀ ਮਿਲਿਆ ਪੀਣ ਨੂੰ। ਸਾਰੇ ਜੀਵਾਂ ਬੋਲਣ ਦੇ ਫੇਰੀ ਜਾਣ, ਪਾਣੀ ਪਾਣੀ ਕਿਤੇ ਮਿਲਦਾ ਨਹੀਂ, ਕੀ ਕਰਿਆ ਜਾਵੇ, ਪਾਣੀ ਹੈ ਨਹੀਂ, ਖੂਹ ਹੈਗਾ ਪਾਣੀ ਹੈ, ਉਹ ਸਾਰੇ ਸਮਰੱਥ ਪੁਰਸ਼ ਕੋਈ ਨਿਗਾਹ ਹੀ ਕਰਨੀ ਸੀ ਪਾਣੀ ਆ ਜਾਣਾ। ਨਾਮਦੇਵ ਗਿਆ ਜਾ ਕੇ, ਉਹਨੇ ਪਾਣੀ ਮਾਉਣ ਦੇ ਬਰਾਬਰ ਕਰ ਲਿਆ, ਖਿੱਚ ਲਿਆ ਪਾਣੀ, ਕਹਿੰਦਾ ਆਓ ਆਓ, ਕਹਿੰਦਾ ਰਾਮ ਰਾਮ ਕਰੀ ਜਾਂਦੇ ਹੋ, ਗੋਬਿੰਦ ਗੋਬਿੰਦ ਕਹਿੰਦੇ, ਪਾਣੀ ਦਾ ਖੂਹ ਚੋਂ ਤੁਸੀਂ ਕੱਢ ਨਹੀਂ ਸਕਦੇ। ਉਹ ਭਗਵਾਨ ਜਿਹਾ ਹੋ ਗਿਆ ਇਹਦੇ ਮਨ 'ਚ, ਉਹ ਪਰਮੇਸ਼ਰ ਨੂੰ ਪਾਉਂਦਾ ਨਹੀਂ ਹੁੰਦਾ ਇਹ, ਹਰ ਜੀ ਉਹ ਹੰਕਾਰ ਨਾ ਪਾਵੇ, ਬੇਦ ਭੂਪ ਸੁਣਾ। ਉਹ ਜਿਸ ਵਕਤ ਦੇਵਰਾ ਫੇਰਿਆ, ਨਾਮਦੇਵ ਜੀ ਦੇ ਮਨ 'ਚ ਸੂਖਸ਼ਮ ਆ ਗਿਆ ਮਾੜਾ ਜਿਹਾ, ਆਏ ਆ ਜਾਂਦਾ ਇਹ, ਐਸਾ ਨਹੀਂ ਬਈ ਨਹੀਂ ਆਉਂਦਾ, ਸਾਡੇ ਤਾਂ ਹਰ ਬਾਤ ਰਹੇ। ਕਹਿਣ ਲੱਗੇ ਹੇ ਪ੍ਰਭੂ, ਤੇਰੇ ਕਿੰਨੇ ਪਿਆਰੇ ਪਿਆਰੇ ਭਗਤ ਨੇ, ਕਹਿੰਦੇ ਬੇਅੰਤ ਨੇ, ਫਿਰ ਵੀ ਕਿੰਨੇ, ਕਹਿੰਦੇ ਕੋਈ ਗਿਣਤੀ ਨਹੀਂ। ਪਰਮੇਸ਼ਰ ਕਹਿਣ ਲੱਗਾ, ਮੇਰੇ ਪਿਆਰੇ ਬੇਅੰਤ ਨੇ, ਇੱਕ ਤੋਂ ਇੱਕ ਚੜ੍ਹਦਾ, ਕੋਈ ਨੇੜੇ ਹੈ ਤਾਂ ਮੈਂ ਦਰਸ਼ਨ ਕਰਨਾ, ਕਹਿੰਦੇ ਹਾਂ ਰੰਕਾ ਬੰਕਾ ਹੈ ਇੱਥੇ, ਮੈਂ ਰਹਿੰਦਾ ਵੀ ਉੱਥੇ ਹੀ ਹਾਂ। ਉੱਥੇ ਜਦ ਪੁੱਛ ਕੇ ਘਰ ਗਏ, ਉਹ ਬੀਬੀ ਹਲਦੀ ਰਗੜਦੀ ਹੈ, ਇਹਨੇ ਪੁੱਛਿਆ ਵੀ ਰੰਕੇ ਬੰਕੇ ਦਾ ਘਰ ਇਹੀ ਹੈ, ਕਹਿੰਦੇ ਹਾਂ ਵੀਰ ਜੀ ਆ ਜਾਓ, ਇਹੀ ਹੈ। ਆਲਾ ਦੁਆਲਾ ਦੇਖਿਆ, ਇੱਕ ਛੋਟੀ ਜਿਹੀ ਛੱਪਰੀ ਆ, ਇੱਕ ਟੁੱਟਿਆ ਮੰਜਾ ਵਿੱਚ ਪਿਆ, ਇੱਕ ਸੁਆਪ ਪਈ ਹੈ, ਹੋਰ ਕੁਛ ਹੈ ਹੀ ਨਹੀਂ ਘਰ 'ਚ, ਭਾਂਡੇ ਬਰਤਨ ਵੀ ਨਹੀਂ ਹੈ। ਸੋਚਦਾ ਸੋਚੀ ਜਾਂਦਾ ਵੀ ਇੱਥੇ ਭਗਵਾਨ ਕਹਿੰਦੇ ਮੈਂ ਇੱਥੇ, ਮੈਨੂੰ ਬਹੁਤ ਪਿਆਰ ਕਰਦੇ ਨੇ, ਵੀ ਇਹਨੇ ਭੁੱਖੇ ਮਾਰਦਾ ਇਹਨਾਂ ਇਹਨਾਂ ਨੂੰ, ਐਂ ਵੀ ਅਸੀਂ ਚਾਹੁੰਦੇ ਹਾਂ ਨਾ ਵੀ ਰੱਬ ਨਾਲ ਪਿਆਰ ਕਰਕੇ ਸਾਡੇ ਕੋਲ ਮਾਇਆ ਬੇਅੰਤੇ ਆਵੇ, ਪਿਆਰ ਨਹੀਂ ਹੁੰਦਾ ਇਹ ਸੌਦੇਬਾਜ਼ੀ ਹੁੰਦੀ ਹੈ। ਇਹਨਾਂ ਨੂੰ ਪੁੱਛਣ ਲੱਗਿਆ, ਕਹਿੰਦਾ ਬੀਬੀ ਇਹ ਹਲਦੀ ਰਗੜਦੀ ਹੈ, ਕਹਿੰਦੀ ਹਾਂ ਵੀ ਇਹ ਰਗੜਦੀ ਆ, ਕੀ ਗੱਲ ਹੈ, ਕਹਿੰਦੇ ਇੱਕ ਨਵਾਂ ਨਵਾਂ ਭਗਤ ਨਾਮਦੇਵ ਹੈ, ਉਹ ਕਦੇ ਹੱਸ ਪੈਂਦਾ ਕਦੇ ਰੋ ਪੈਂਦਾ, ਰੱਬ ਨੂੰ ਕਹਿ ਉਹ ਪਰਮੇਸ਼ਰ ਉਹਦੇ ਕੰਮ ਕਰ ਦਿੰਦਾ, ਹੁਣ ਕਹਿੰਦੇ ਉਹ ਮੰਦਰ 'ਚ ਚਲਿਆ ਗਿਆ, ਉਹ ਉੱਚੀ ਜਾਤੀਆਂ ਵਾਲਿਆਂ ਦਾ ਮੰਦਰ ਸੀ, ਉਹਨਾਂ ਨੇ ਕਿਹਾ ਵੀ ਇੱਥੇ ਨਹੀਂ ਤੂੰ ਬਣ ਸਕਦਾ, ਪਿੱਛੇ ਬਹਿ ਗਿਆ, ਜਾ ਕੇ ਲਾਂਭੇ ਦੇਣ ਲੱਗ ਗਿਆ। ਕਹਿੰਦੇ ਪ੍ਰਭੂ ਨੇ ਉਹਦਾ ਦੇਵਰੇ ਦਾ ਮੂੰਹ ਫੇਰਤਾ, ਕਹਿੰਦੇ ਇੱਥੇ ਜਰਕਾ ਵੀ ਥੋੜ੍ਹੀ ਜਿਹੀ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿਖਾਇਆ ਸੀ ਨਾ, ਅਤੇ ਉਹਨਾਂ ਨੇ ਵੀ ਕਰਕੇ ਦਿਖਾਇਆ ਸੀ, ਆ ਦੇਖ ਨਿਸ਼ਾਨ ਪਏ ਮੱਖਣ ਸ਼ਾਹ ਨੂੰ, ਠੰਡਾ ਜਿਹਾ ਹੋ ਗਿਆ। ਹੈ ਸਕਾਮੀ ਭਗਤ ਕਹਿਤਾ ਮੈਨੂੰ ਕਾਮਨਾ ਕਰਦਾ, ਕਹਿੰਦੀ ਆਪਣੇ ਕੰਮਾਂ ਵਾਸਤੇ ਰੱਬ ਨੂੰ ਤਕਲੀਫ ਦੇ ਜਾਂਦਾ। ਕਹਿੰਦੇ ਹੁਣ ਕਿੱਥੇ ਨੇ, ਕਹਿੰਦੇ ਬਾਹਰ ਗਏ, ਆਪ ਉਹ ਆਪੇ ਮਿਲ ਲੈਣਗੇ, ਤੂੰ ਜੇ ਮਿਲਣ ਦੀ ਖੁਆਇਸ਼ ਕਰੇਗਾ ਤੈਨੂੰ ਮਿਲ ਲੈਣ।
ਉੱਥੇ ਚਲੇ ਗਿਆ ਜਾ ਕੇ ਪ੍ਰਭੂ ਮਿਲੇ ਹੱਸ ਪਏ। ਕਹਿੰਦਾ ਮਹਾਰਾਜ ਮੈਂ ਤੁਹਾਡਾ ਰੰਗਲਾ ਪਾਲ ਪਲਕ ਦੇਖ ਕੇ ਆਇਆ। ਕਹਿੰਦੇ ਰੰਗਲੇ ਦੀ ਗੱਲ ਤਾਂ ਛੱਡ, ਦੂਜੀ ਗੱਲ ਕਰ। ਕਹਿੰਦਾ ਮਹਾਰਾਜ ਉਹ ਤਾਂ ਬੜੇ ਭਗਤ ਨੇ ਤੁਹਾਡੇ, ਉਹਨਾਂ ਤਾਂ ਮੇਰੇ 'ਚ ਨੁਕਸ ਕੱਢ ਦਿੱਤਾ ਅਤੇ ਮੈਨੂੰ ਕਹਿੰਦਾ ਨਵਾਂ ਨਵਾਂ ਭਗਤ ਆਇਆ ਜੀ, ਉਹਨੂੰ ਪਤਾ ਨਹੀਂ ਪਿਆਰ ਕੀ ਹੁੰਦਾ। ਕਹਿੰਦੇ ਹੇ ਪ੍ਰਭੂ ਤੁਸੀਂ ਉਹਨਾਂ ਨੂੰ ਅਮੀਰ ਕਿਉਂ ਨਹੀਂ ਬਣਾ ਦਿੰਦੇ? ਕਹਿੰਦੇ ਦੇਖ ਨਾਮਦੇਵ, ਜਿਹਨਾਂ ਦੀ ਪ੍ਰੀਤ ਮੇਰੇ ਨਾਲ ਹੈ ਨਾ, ਮੇਰੇ ਤੋਂ ਬਿਨਾਂ ਕੁਛ ਚਾਹੁੰਦੇ ਹੀ ਨਹੀਂ। ਇਹਨਾਂ ਨੂੰ ਉਹ ਦੋਏ ਲੱਕੜੀਆਂ ਲੈ ਕੇ ਆ ਰਹੇ ਸੀ ਅਤੇ ਇਹਨੂੰ ਕਹਿਣ ਲੱਗਿਆ ਵੀ ਇਹਨਾਂ ਨੂੰ ਅਮੀਰ ਬਣਾ ਦਿਓ। ਕਹਿੰਦੇ ਮੈਂ ਤਾਂ ਬਹੁਤ ਵਾਰੀ ਕੋਸ਼ਿਸ਼ ਕਰਦਾ ਪਰ ਇਹ ਬਣਦੇ ਹੀ ਨਹੀਂ, ਮੇਰਾ ਪਿਆਰ ਨਹੀਂ ਛੱਡਦੇ, ਹੋਰ ਪਿਆਰ 'ਚ ਫਸਦੇ ਨਹੀਂ ਕਿਸੇ 'ਚ। ਉਸ ਵੇਲੇ ਕਹਿਣ ਲੱਗੇ ਵੀ ਤੁਸੀਂ ਕਰੋ ਤਾਂ ਸਹੀ, ਭਗਵਾਨ ਨੇ ਇੱਕ ਥੈਲੀ ਖੋਲ੍ਹ ਕੇ ਮੋਹਰਾਂ ਦੀ ਰੱਖ ਦੇ। ਉਹ ਜਦੋਂ ਰੰਕਾ ਆਇਆ ਪਹਿਲਾਂ, ਉਸ ਵੇਲੇ ਉਹਨੇ ਆ ਭੈਣ ਆਈ, ਆ ਉਹ ਆਇਆ, ਉਹਨੇ ਮਿੱਟੀ ਪਾਉਣ ਲੱਗ ਗਿਆ ਵੀ ਪਿੱਛੇ ਆ ਰਹੀ ਹੈ ਭੈਣ, ਵੀ ਉਹ ਕਿਤੇ ਮਾਇਆ 'ਤੇ ਰੀਝ ਨਾ ਜਾਵੇ। ਉਹ ਜਦ ਨੇੜੇ ਆਈ ਕਹਿੰਦੀ ਤੂੰ ਕੀ ਕਰਦਾ, ਉਹ ਰੋਣਾ ਕਿਉਂ ਹੈ? ਕਹਿੰਦਾ ਮੈਂ ਤਾਂ ਰੋਣਾ, ਭਗਵਾਨ ਨੇ ਨਾਗਣੀ ਅੱਜ ਫੇਰ ਰੱਖਤੀ ਇੱਥੇ। ਕਹਿੰਦੀ ਫੇਰ ਕੀ ਕਰਦਾ ਸੀ, ਮਿੱਟੀ ਕਿਉਂ ਪਾਉਂਦਾ ਸੀ? ਕਹਿੰਦਾ ਮੈਂ ਕਿਹਾ ਵੀ ਤੈਨੂੰ ਉਹਨਾਂ ਡੱਗ ਮਾਰ ਦੇ। ਕਹਿੰਦੀ ਕਮਾਲ ਹੋ ਗਈ, ਅਜੇ ਤੇਰੇ 'ਚ ਫਰਕ, ਤੈਨੂੰ ਫਰਕ ਗਿਆ ਹੀ ਨਹੀਂ ਹੈ। ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਬਿਖਾਟੀ, ਤੇਰੀ ਬੇਤੀ ਸਮਾਨ ਨਹੀਂ। ਉਹ ਵੀ ਰੋਣ ਲੱਗ ਗਈ। ਉਹ ਕਹਿੰਦਾ ਤੂੰ ਕਿਉਂ ਰੋਣਾ? ਕਹੀ ਤੇਰੀ ਅਜੇ ਬੇਤੀ ਸਮਾਨ ਨਹੀਂ ਹੈ, ਤੂੰ ਮਾਇਆ 'ਚ ਗਿਰ ਸਕਦੀ, ਗਿਰ ਸਕਦਾ ਅਜੇ। ਭਗਵਾਨ ਦੇਖਦੇ ਨੇ, ਕਹਿੰਦੇ ਲੈ ਬਰਾ ਹੁਣ ਇਹਨਾਂ ਨੂੰ ਕਿਵੇਂ ਬਰਾਏਗਾ? ਉੱਚੀ ਉੱਚੀ ਰੋਈ ਜਾਂਦੇ। ਕਹਿੰਦੇ ਭਗਵਾਨ ਸਾਨੂੰ ਆਪਣੇ ਨਾਲੋਂ ਤੋੜ ਕੇ ਮਾਇਆ ਨਾਲ ਜੋੜਨਾ ਚਾਹੁੰਦਾ। ਉਸੇ ਤਰ੍ਹਾਂ ਆ ਕੇ ਕਹਿੰਦੇ ਹੇ ਭਗਵਾਨ, ਮੈਨੂੰ ਇੱਕ ਗੱਲ ਤਾਂ ਦੱਸ ਵੀ ਇਹ ਤਾਂ ਤੇਰਾ ਟੈਂਪਰੇਰੀ ਅਵਾਰਡ ਹੈ, ਤੂੰ ਇਹਨਾਂ ਕੋਲ ਟੈਂਪਰੇਰੀ ਰਹਿਣਾ, ਤੇਰਾ ਕੋਈ ਅਸਲੀ ਥਾਂ ਟਿਕਾਣਾ ਵੀ ਹੈ ਜਿੱਥੇ ਤੂੰ ਰਹਿਣਾ? ਕਹਿੰਦੇ ਨਾਮਦੇਵ, ਜੇ ਮੈਂ ਤੈਨੂੰ ਇਹ ਗੱਲ ਦੱਸਦੀ ਨਾ ਤਾਂ ਨਾ ਤੈਂ ਰਹਿਣਾ, ਨਾ ਮੈਂ ਰਹਿਣਾ, ਨਾ ਸੰਸਾਰ ਨੇ ਰਹਿਣਾ, ਤਿੰਨੇ ਹੀ ਖਤਮ ਹੋ ਜਾਣਾ। ਸਮਝ ਨਾ ਆਈ ਨਾਮਦੇਵ ਦੇ। ਉਸ ਵੇਲੇ ਕਹਿਣ ਲੱਗੇ ਹੇ ਪ੍ਰਭੂ ਮੈਨੂੰ ਸਮਝ ਨਹੀਂ। ਕਹਿੰਦੇ ਗੱਲ ਸਿੱਧੀ ਹੈ, ਮੈਂ ਕਿਵੇਂ ਦੱਸਦਾ? ਜੇ ਮੈਂ ਦੱਸਦਾ ਮੈਂ ਵੀ ਨਹੀਂ ਰਹਿਣਾ, ਤੈਂ ਵੀ ਨਹੀਂ ਰਹਿਣਾ, ਅਤੇ ਇਹ ਸੰਸਾਰ ਨੇ ਵੀ ਨਹੀਂ ਰਹਿਣਾ। ਜਾਂ ਤੂੰ ਸੰਤਾਂ ਦੇ ਪੁੱਛ। ਇਹ ਮੈਂ ਹੱਥ ਸੰਤਨ ਹੱਥ ਰਾਖੀ ਕੁੰਜੀ, ਇਹ ਕੁੰਜੀ ਮੈਂ ਉਹਨਾਂ ਨੂੰ ਸੰਭਾਲੀ ਹੈ, ਸੰਤਾਂ ਨੂੰ, ਉਹ ਇਸ ਤਾਲਾ ਖੋਲ੍ਹਣਗੇ, ਤੂੰ ਗਿਆਨੇਸ਼ਵਰ ਜੀ ਕੋਲ ਜਾ। ਦੂਸਰੇ ਦਿਨ ਜਦ ਉੱਥੇ ਜਾਂਦਾ ਹੈ ਤਾਂ ਉਹ ਇਸ਼ਨਾਨ ਕਰਦੇ, ਜਿਹੜੇ ਇਹ ਮੰਨਦਾ ਸੀ ਬੀਠਲ ਨੂੰ ਪੱਥਰ ਸੀਗਾ, ਉਹਦੇ ਉੱਤੇ ਪੈਰ ਰੱਖੀ ਖੜ੍ਹਾ। ਇਹਨੇ ਦੂਰੋਂ ਹੀ ਦੇਖ ਲਿਆ ਵੀ ਹੈ ਮੇਰੇ ਇਸ਼ਟ ਉੱਤੇ ਪੈਰ ਰੱਖੀ ਖੜ੍ਹਾ ਹੈ ਇਹ ਬੰਦਾ, ਇਹਦੇ ਕੋਲ ਮੈਨੂੰ ਲਾਸਟ ਕੋਲ ਭੇਜਤਾ। ਰੋਣ ਲੱਗ ਗਿਆ, ਪ੍ਰਭੂ ਪ੍ਰਗਟ ਹੋਏ। ਕਹਿੰਦੇ ਕਿਉਂ ਰੋਣਾ ਹੈ? ਕਹਿੰਦੇ ਉਹ ਤਾਂ ਮੇਰੇ ਇਸ਼ਟ ਦੇ ਉੱਤੇ ਪੈਰ ਰੱਖੀ ਖੜ੍ਹਾ। ਕਹਿੰਦੇ ਜਾ ਮੈਂ ਕਹਿ ਦਿੰਦਾ। ਦੂਜੀ ਵਾਰੀ ਗਿਆ, ਉਹ ਕਹਿੰਦੇ ਆ ਜਾ ਤੇਰੀ ਸਿਫਾਰਿਸ਼ ਮੇਰੇ ਕੋਲ ਪਹੁੰਚ ਗਈ। ਕਹਿੰਦੇ ਕੱਲ੍ਹ ਕਿਉਂ ਮੁੜ ਗਿਆ ਸੀ? ਕਹਿੰਦੇ ਤੁਸੀਂ ਮੇਰੇ ਇਸ਼ਟ ਦੇ ਉੱਤੇ ਪੈਰ ਰੱਖੀ ਖੜ੍ਹੇ ਸੀ। ਕਹਿੰਦੇ ਤੇਰਾ ਭਗਵਾਨ ਕਦੇ ਤੇਰੇ ਨਾਲ ਗੱਲ ਕਰਦਾ ਹੋਣਾ, ਕੋਈ ਭੇਤ ਨਹੀਂ ਦਿੰਦਾ? ਕਹਿੰਦਾ
ਕਿਹਾ ਗਿਆ। ਕਹਿੰਦਾ ਕੀ ਕਹਿੰਦਾ, ਕਦੇ ਉਹਨੇ ਦੱਸਿਆ ਵੀ ਕਿੱਥੇ ਆ? ਉਹ ਕਹਿੰਦਾ ਐਂ ਕਹਿੰਦਾ ਮੈਂ ਸਾਰੇ ਹਾਂ। ਫਿਰ ਕਹਿੰਦੇ ਤੇ ਉਹ ਝੂਠ ਮੰਨਦਾ ਉਹਦੀ ਗੱਲ? ਕਹਿੰਦੇ ਨਹੀਂ ਸੱਚ ਮੰਨਦਾ। ਕਹਿੰਦੇ ਵੀ ਮੇਰੇ ਵਿੱਚ ਵੀ ਹੈ ਨਾ? ਕਹਿੰਦੇ ਹਾਂ। ਤੇਰੇ ਵਿੱਚ ਵੀ ਹੈ? ਕਹਿੰਦਾ ਹਾਂ। ਪੱਥਰ ਵਿੱਚ ਵੀ ਹੈ? ਕਹਿੰਦਾ ਹਾਂ। ਪੈ ਮੇਰੇ ਪੈਰ ਵਿੱਚ ਵੀ ਹੈ? ਕਹਿੰਦਾ ਭੋਲਿਆ ਕਿਹਦਾ ਪੈਰ ਕਾਹਦੇ ਉੱਤੇ ਆ? ਇੱਥੇ ਤਾਂ ਭਗਵਾਨ ਤੋਂ ਬਿਨਾਂ ਹੋਰ ਹੈ ਹੀ ਕੋਈ ਕੁਛ ਨਹੀਂ ਹੈ। ਸੰਸਾਰ ਸਾਰਾ ਇਹ ਵੀ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦੀ ਹੈ। ਹੁਣ ਗਿਆਨ ਦਾ ਪ੍ਰਕਾਸ਼ ਹੋ ਗਿਆ, ਸੰਸਾਰ ਕਿੱਥੇ ਚਲਿਆ ਗਿਆ? ਸੰਸਾਰ ਤਾਂ ਵਾਹਿਗੁਰੂ ਬਣ ਗਿਆ, ਕਨਵਰਟ ਹੋ ਕੇ ਵਾਹਿਗੁਰੂ ਹੋ ਗਿਆ। ਸੰਸਾਰ ਦਾ ਤਾਂ ਹੀ ਹੈ ਜੇ ਅਗਿਆਨ ਹੋਵੇ। ਜਦ ਗਿਆਨ ਹਟ ਗਿਆ, ਸਾਰਾ ਪਰਮੇਸ਼ਰ ਇਹਨੇ ਤਰੋਂ ਮੇਰੇ ਵਰ ਤੋਂ ਮੈਂ ਜੋ ਧਰੀ ਹਰਵੇਂ ਨਵਰ ਨਾ ਦੇਖੋ ਗਈ, ਹਰਵੇਂ ਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੀ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀਆ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੇ ਤੈਸਾ ਤਿੰਨ ਪਸਰੇ ਹੋ ਆਪ ਹੋਏ ਅੰਕ ਤਰ੍ਹਾਂ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਉਹ ਆਪ ਹੀ ਪਸਰਿਆ ਹੈ, ਇੱਕ ਬੀਜ ਦਾ ਬੋੜ ਦਾ ਬੀਜ ਆਪੇ ਹੀ ਬੋੜ ਬਣ ਗਿਆ। ਹੁਣ ਦੱਸੋ ਉਹਦੇ ਉਹਦੇ ਨਾਲੋਂ ਵੱਖਰਾ ਬੀਜ ਹੈ ਪਰ ਬੋੜ ਹੈ, ਉਹਨੂੰ ਫਿਰ ਫਲ ਪੈ ਜਾਣਾ। ਬੀਜ ਬੀਜ ਦੇਖਿਓ ਬਹੁਤ ਪ੍ਰਕਾਰ, ਫਲ ਪਾਕੇ ਤਾਂ ਇੱਕ ਪ੍ਰਕਾਰ। ਕਹਿੰਦੇ ਨਾਮਦੇਵ, ਇਹ ਜੋ ਕੁਛ ਤੂੰ ਦੇਖਦਾ ਇਹ ਪਰਮੇਸ਼ੁਰ ਹੀ ਆ। ਆਪ ਇਹ ਆਪਣੀ ਲੀਲਾ 'ਚ ਮਾਇਆ ਕਰਕੇ ਤੈਨੂੰ ਤੂੰ ਦਿਸਦਾ, ਤੈਨੂੰ ਉਹ ਭਗਵਾਨ ਦਿਸਦਾ ਅਤੇ ਤੈਨੂੰ ਇਹ ਸੰਸਾਰ ਦਿਸਦਾ। ਇਹ ਤਾਂ ਪਰਮੇਸ਼ੁਰ ਆਪ ਹੀ ਹੈ। ਉਸ ਵੇਲੇ ਨਾਮਦੇਵ ਜੀ ਨੂੰ ਗਿਆਨ ਹੋਣ 'ਤੇ ਸਾਰਾ ਕੁਛ ਬਦਲ ਗਿਆ। ਪਹਿਲਾਂ ਸਾਕਾਰ ਦੀ ਪੂਜਾ, ਫਿਰ ਗਿਆਨ ਹੋਏ ਅਤੇ ਉਹਦੇ ਜਿਹੜੇ ਅਨੁਭਵ ਨੇ ਉਹ ਇਸ ਤਰ੍ਹਾਂ ਨਾਲ ਨੇ ਬੜੋ ਪਿਆਰ ਨਾਲ। ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਰਾਹੀ ਹੈ। ਘਟ ਘਟ ਅੰਤਰ ਸਰਬ ਨਿਰੰਤਰ ਇੱਕ ਰਾਹੀ ਹੈ। ਪ੍ਰਾਪਤੀ ਹੋਈ, ਇਹ ਜਿਹੜਾ ਅਨੁਭਵ ਹੈ ਸਾਧ ਸੰਗਤ ਜੀ ਵੀ ਪਰਮੇਸ਼ੁਰ ਹਰ ਥਾਂ ਦੇ ਉੱਤੇ ਹੈ, ਇਹ ਜਦ ਪਰਪੱਕ ਹੋ ਜਾਂਦਾ ਤਾਂ ਇਸ ਨੂੰ ਮਹਾਰਾਜ ਕਹਿੰਦੇ ਵੀ ਇਹਨੂੰ ਨਾਮ ਪ੍ਰਾਪਤ ਹੋ ਗਿਆ।
ਨਾਮ ਦੀ ਨਾਮ ਦੇ ਵਿੱਚ ਨਿਵਾਸ ਕਰ ਲਿਆ ਇਹਨੇ, ਅਭੇਦ ਹੋ ਗਿਆ। ਪਰਮੇਸ਼ਰ ਦਾ ਅਤੇ ਭਗਤ ਦਾ ਕੋਈ ਫਰਕ ਨਾ ਰਿਹਾ। ਸਾਧ ਕੀ ਮਹਿਮਾ ਭੇਦ ਨਾ ਜਾਣੇ, ਜੇਤਾ ਸੁਣੇ ਤੇ ਤਾ ਵਿਗਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਉਪਮਾ ਉੱਚ ਤੇ ਉੱਚੀ, ਸਾਧ ਕੀ ਉਪਮਾ ਮੂਝ ਤੇ ਮੂਝੀ, ਸਾਧ ਕੀ ਉਪਮਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ। ਇਹ ਗੱਲਾਂ ਸਮਝਣੀਆਂ ਥੋੜ੍ਹੀਆਂ ਜਿਹੀਆਂ ਔਖੀਆਂ, ਕਿਉਂਕਿ ਅਸੀਂ ਮਾਇਆ ਦੇ ਵਿੱਚ ਪ੍ਰਵਿਰਤ ਹਾਂ। ਸੋ ਸਾਡੇ ਵਾਸਤੇ ਤਾਂ ਇਹੀ ਹੈ ਕਿ ਅਸੀਂ ਜੋ ਨਾਮ ਪ੍ਰਾਪਤ ਕਰਿਆ ਉਹਨੂੰ ਰਸਨਾ ਦੇ ਨਾਲ ਜਪੀਏ, ਫਿਰ ਸਵਾਸ ਨਾਲ ਜਪੀਏ, ਫਿਰ ਧੁੰਨ ਵਿੱਚ ਧਿਆਨ ਕਰਕੇ ਜਪੀਏ। ਹੌਲੀ ਹੌਲੀ ਬਾਣੀ ਦੇ ਡੂੰਘੇ ਭਾਵ ਖੁੱਲ੍ਹਦੇ ਜਾਣਗੇ ਅੰਦਰ, ਅਤੇ ਉਹ ਆਸਥਾ ਪ੍ਰਾਪਤ ਹੋ ਜਾਏਗੀ ਗੁਰੂ ਮਹਾਰਾਜ ਦੀ ਕਿਰਪਾ ਨਾਲ। ਸੋ ਇਸ ਕਰਕੇ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਫਿਰ ਹੋ ਜਾਂਦਾ ਵੀ ਮੈਂ ਤਾਂ ਹਾਂ ਨਹੀਂ ਤੇਰਾ ਹੀ ਹੈ। ਜਦੋਂ ਤੁਸੀਂ ਵਿਚਾਰ ਕਰੋਗੇ ਪਤਾ ਲੱਗੂਗਾ। ਅੱਜ ਮੈਂ ਉਹ ਲੇਖ ਲਿਖਾਇਆ ਸੀਗਾ ਵਿਸਾਖੀ ਦਾ, ਉਹਦੇ ਵਿੱਚ ਭਾਈ ਦਇਆ ਸਿੰਘ ਜੀ ਸੀਸ ਅਰਪਣ ਕਰਦੇ, ਮਹਾਰਾਜ ਜੀ ਨਾਲ ਬਚਨ ਕਰਦੇ ਨੇ। ਉਹ ਦਰਦ ਤੁਹਾਡੇ ਹੱਥਾਂ ਜਾਊਗਾ, ਪੜ੍ਹਿਓ, ਪੜ੍ਹ ਕੇ ਉਹਨੂੰ ਵਿਚਾਰਨ ਦੀ ਲੋੜ ਹੈ ਵੀ ਉਹਨਾਂ ਨੇ ਕੀ ਕਿਹਾ। ਮਹਾਰਾਜ ਉਹਨਾਂ ਨੇ ਕਿਹਾ ਮਹਾਰਾਜ ਮੈਂ ਤੁਹਾਨੂੰ ਸੀਸ ਉਸ ਅਰਪਣ ਨਹੀਂ ਕਰ ਰਿਹਾ, ਸੀਸ ਮੈਂ ਅਰਪਣ ਤਾਂ ਕਰਦਾ ਜੇ ਸੀਸ ਮੇਰਾ ਹੁੰਦਾ। ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, ਆਪਣਾ ਰੱਖਿਆ ਹੀ ਨਹੀਂ। ਮੈਂ ਤਾਂ ਤੇਰੇ ਚਰਨਾਂ 'ਚ ਸਭ ਕੁਛ ਉਸੇ ਵੇਲੇ ਭੇਟ ਕਰਦਾ ਸੀ ਜਿਸ ਵਾਰ ਤੇਰੇ ਦਰਸ਼ਨ ਕੀਤੇ। ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਤੇ ਕਿਆ ਲੱਗ ਗਏ ਮੇਰਾ। ਹੇ ਪ੍ਰਭੂ ਮੈਂ ਤਾਂ ਹਾਏ ਨਹੀਂ, ਮੈਂ ਤਾਂ ਮਿਟ ਗਿਆ ਸੀ, ਇੰਤਜ਼ਾਰ ਕਰਦਾ ਸੀ ਕੰਮ ਲੈ ਲੈਣ। ਹੁਣ ਮੇਰਾ ਸਰੀਰ ਤਾਂ ਹੈ ਨਹੀਂ, ਇਹ ਤਾਂ ਤੁਹਾਡਾ ਸਰੀਰ ਆ। ਬ੍ਰਹਮ ਗਿਆਨ ਦੀ ਅਵਸਥਾ ਸੀ ਉਹਨਾਂ ਪ੍ਰੇਮ ਪੰਜਾਂ ਪਿਆਰਿਆਂ ਦੀ, ਪੂਰਨ ਬ੍ਰਹਮ ਗਿਆਨੀ, ਇਸ ਗੱਲ ਦਾ ਧਿਆਨ ਰੱਖਿਓ। ਸੀ ਆਪਸੇ ਅਸੀਂ ਕਹਿ ਦਿੰਦੇ ਹਾਂ ਜੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਿਆ, ਕਦੇ ਵਿੱਚੋਂ ਡੂੰਘੀ ਗੱਲ 'ਤੇ ਨਹੀਂ ਅਸੀਂ ਜਾਂਦੇ ਹੈਗੇ। ਗੁਰੂ ਸਾਹਿਬ ਜੇ ਉਹ ਜੀਵ ਬਿਰਤੀ 'ਤੇ ਹੁੰਦੇ ਬੰਦੇ ਬਿਲਕੁਲ ਨਹੀਂ ਸੀ ਅੰਮ੍ਰਿਤ ਛਕਣਾ ਉਹਨਾਂ ਨੇ। ਉਹ ਜਿਹੜੇ ਪੰਜੇ ਸੀ, ਪੰਜਾਂ ਦੇ ਵਿੱਚੋਂ ਪੂਰਨ ਰੂਪ ਵਿੱਚ ਹਉਮੈ ਦਾ ਨਾਸ਼ ਹੋਇਆ ਹੋਇਆ ਸੀ। ਮੈਂ ਜਿਹਨੂੰ ਕਹਿੰਦੇ, ਮੇਰਾ ਕਹਿੰਦੇ ਆ, ਉਹ ਜਦ ਮੈਂ ਅਤੇ ਮੇਰਾ ਮਿਟ ਜਾਏ ਬਾਕੀ ਕੀ ਰਹਿ ਜਾਂਦਾ? ਬਾਕੀ ਵਾਹਿਗੁਰੂ ਰਹਿ ਜਾਂਦਾ। ਉਹ ਪੰਜ ਪਿਆਰਿਆਂ ਤੋਂ ਅੰਮ੍ਰਿਤ, ਜੇ ਅਸੀਂ ਕਹਿੰਦੇ ਨਾ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਮਹਾਰਾਜ ਦੀ ਦ੍ਰਿਸ਼ਟੀ 'ਚ ਤਾਂ ਉਹ ਪਰਮੇਸ਼ਰ ਸੀ। ਪੰਜ ਵੱਖਰੇ ਵੱਖਰੇ ਸਰੀਰ ਨਹੀਂ ਸੀ ਆਉਂਦੇ, ਉਹ ਜੋਤ ਸੀ ਪਰਮੇਸ਼ਰ ਦੀ ਜਿਹੜੀ ਉਹਨਾਂ ਨੇ ਸਾਰਿਆਂ ਦੇ ਅੰਦਰ ਜਗਾ ਦਿੱਤੀ। ਉਹ ਪਰਮੇਸ਼ਰ ਜੋਤ ਤੋਂ ਮਹਾਰਾਜ ਨੇ ਅੰਮ੍ਰਿਤ ਛਕਿਆ। ਸੋ ਇਸ ਤਰ੍ਹਾਂ ਮਹਾਰਾਜ ਨੇ ਜਿਹੜਾ ਖਾਲਸਾ ਸਾਜਿਆ ਨਾ, ਜਿਹਦਾ ਅਸੀਂ ਮਨਾ ਰਹੇ ਹਾਂ 1999 'ਚ, ਉਹ ਬਹੁਤ ਖੁੰਝੇ ਹੋਏ ਹਾਂ ਅਸੀਂ ਇਹਨਾਂ ਗੱਲਾਂ ਤੋਂ। ਮਹਾਰਾਜ ਨੇ ਤਾਂ ਪਰਮੇਸ਼ਰ ਜੋ ਅਸਲ ਹੈਗਾ ਉਹ ਬਣਾਤਾ ਸੀ, ਨਕਲ ਤਾਂ ਹੈਗਾ ਅਸੀਂ, ਇਹ ਤਾਂ ਹੈ ਨਹੀਂ। ਇਹ ਸਾਰੀਆਂ ਘਟਾਂ ਦੇ ਵਿੱਚ ਇੱਕ ਪਰਮੇਸ਼ਰ ਹੈ, ਜਿਹਦਾ ਅਨੁਭਵ ਪ੍ਰਾਪਤ ਹੋ ਗਿਆ ਉਹ ਭੇਦ ਹੋ ਜਾਂਦਾ, ਉੱਥੇ ਦੁਆਇਤ ਨਹੀਂ ਰਹਿੰਦੀ, ਦੂਜਾ ਨਹੀਂ ਰਹਿੰਦਾ, ਦੂਜਾਪਣ ਖਤਮ ਹੋ ਜਾਂਦਾ। ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨਾ ਪਾਏ। ਜਿਹਨਾਂ ਨਾਲ ਵਿਸਰੇ ਨਾਮ ਸੇਕ ਰਹੇ ਆ, ਭੇਦ ਨਾ ਜਾਣੋ ਮੂਲ ਸਾਈ ਜੇ, ਸੰਤ ਅਨੰਤ ਅੰਤਰ ਨਾ, ਉਹ ਇੱਕੋ ਹੀ ਹੋ ਜਾਂਦਾ।
ਅਤੇ ਉਹ ਸਰੀਰ ਦੇਖਣ ਨੂੰ ਰਹਿੰਦੇ ਨੇ, ਲੇਕਿਨ ਉਹ ਪੰਜ ਪਿਆਰੇ ਜਿਹੜੇ ਸੀ ਨਾ, ਉਹ ਤਾਂ ਪਰਮੇਸ਼ਰ ਰੂਪ ਹੋ ਚੁੱਕੇ ਸੀ। ਉਹਨਾਂ ਨੇ ਫਿਰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਮਾਜ਼। ਉਹ ਆਦਰਸ਼ ਸੀ ਰੂਪ, ਗੁਰੂ ਮਹਾਰਾਜ ਦਾ ਰੂਪ ਖਾਸ ਕੀ ਸੀ? ਉਹ ਜਿਹੜਾ ਸਾਨੂੰ ਨਜ਼ਰ ਆਉਂਦਾ ਘੋੜਿਆਂ 'ਤੇ ਜਿਹੜਾ, ਤਾਂ ਉਹ ਨਹੀਂ ਸੀਗਾ, ਉਹ ਤਾਂ ਪਰਮਜੋਤ ਸੀਗੇ। ਉਹੀ ਖਾਲਸੇ ਨੂੰ ਉਹਨਾਂ ਨੇ ਬਣਾਤਾ ਪਰਮਜੋਤ। ਸੋ ਇਸ ਤਰ੍ਹਾਂ ਇਹ ਗੱਲਾਂ ਥੋੜ੍ਹੀ ਜਿਹੀਆਂ ਸਮਝਣ ਵਾਲੀ ਹੁੰਦੀਆਂ। ਰਾਮਦੇਵ ਜੀ ਕਹਿੰਦੇ ਨੇ ਕਿ ਰਾਮ ਸਭ ਘੱਟ ਰਾਮ ਬੋਲੇ, ਰਾਮ ਬੋਲੇ ਰਾਮਾ ਬੋਲੇ, ਰਾਮ ਨਾ ਕੋ ਬੋਲੇ, ਇਹ ਖਿਲਮਾਟੀ ਗੁੰਝਰ ਚੀਟੀ ਪੰਜ ਨੇ ਬਹੁ ਨਾਨਾ ਭਾਂਡੇ ਨੇ ਆ ਸਰੀਰ ਅਨੇਕਾਂ, ਸਾਰਿਆਂ ਦੇ ਅੰਦਰ ਰਾਮ ਵੱਸਦਾ ਹੈ, ਰਾਮ ਬੋਲਦਾ ਹੈ। ਗਲਤੀ ਇਹ ਹੋਈ ਆ ਅਸੀਂ ਵਿਚਾਵੜੇ, ਨਾਨਕ ਤਰ ਪਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੇ ਸਹੀ ਨਾ ਪਰ ਪੰਖ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਬਚਨ ਆਪਾਂ ਯਾਦ ਰੱਖੀਏ। ਇਹ ਭਗਤੀ ਸਾਹਿਬ ਜੇ ਇੱਥੇ ਪਹੁੰਚ ਜਾਓ ਫਿਰ ਖੜਾ ਛੁੱਟ ਜਾਣਾ, ਜੇ ਅਕਲ ਦੇ ਮੰਡਲ 'ਚ ਰਹਿ ਕੇ ਪਹੁੰਚ ਜਾਓ ਤਾਂ ਫਾਹਾ ਗਲ 'ਚ ਪੈ ਜਾਂਦਾ। ਦੋਏ ਰਿਸਕ ਬੜਾ ਜ਼ਬਰਦਸਤ ਇਹਦੇ 'ਚ। ਇਹ ਭਗਤੀ ਨਾਲ ਪਹੁੰਚਿਆ ਜਾਂਦਾ, ਭਗਤੀ ਸਾਹਿਬ ਗਿਆਨ ਗੁਰਮਤ ਦਾ ਮਤ ਹੈ, ਦੂਜਾ ਨਹੀਂ ਹੈ। ਆਮ ਬਰਮਸਮੀ ਉਹ ਤਾਂ ਮੈਂ ਰਹਿ ਗਿਆ, ਇਹਦੇ 'ਚ ਮੈਂ ਦੀ ਥਾਂ 'ਤੇ ਤੂੰ ਹੈ, ਤੂੰ ਨਹੀਂ ਹੈਗਾ ਮੈਂ ਅਤੇ ਤੂੰ, ਦੋ ਗੱਲਾਂ ਹੋ ਗਈਆਂ ਆਪੇ ਆਪ ਹੈ। ਵਾਹਿਗੁਰੂ ਜੀ ਕਾ ਖਾਲਸਾ,